ਕਿੰਨਾ ਹਾਂ ਤੇਰੀ ਮਾਂ ਦਾ ਮੈਨੂੰ ਪਤਾ ਤੇਰੀ ਮਾਂ ਫਲਾਣੇ ਪਿੰਡ ਰਹਿ ਰਹੀ ਆ ਹਾਂਜੀ ਕਹਿੰਦਾ ਵੀ ਪਰ ਨਾ ਤੂੰ ਹੁਣ ਇੱਥੇ ਨਾ ਦੱਸੀ ਕਿਸੇ ਨੂੰ ਹੂੰ ਤੂੰ ਇਹੀ ਕਹਿਦੀ ਵੀ ਜਦੋਂ ਪਿੰਡ ਤੇ ਹਮਲਾ ਹੋਇਆ ਸੀ ਨਾ ਤੇ ਮੈਂ ਆਪ ਉਹਦੀ Laash ਵੇਖੀ ਸੀ ਇਹਦੀ ਮਾਂ ਵੀ ਮਾਰੀ ਗਈ ਸੀ ਸਾਮਲਤਾ ਮੇ ਜੀ ਸਸਰੀ ਕਾਲ ਪੰਜਾਬੀ ਪੋਡਕਾਸਟ ਵਿੱਚ ਜੀ ਆਇਆਂ ਨੂੰ ਜੀ ਸਸਰੀ ਕਾਲ ਜੀ ਮਿਹਰਬਾਨੀ ਤੇ ਮਾਰਾ ਚ ਤੁਹਾਡਾ ਜਿਹੜਾ 47 ਨਾਮਾ ਉਹਨੂੰ ਬਹੁਤ ਹਜ਼ਾਰਾਂ ਲੋਕ ਦੇਖਦੇ ਆ ਤੇ ਤੁਸੀਂ ਮੇਰਾ ਖਿਆਲ ਹਜ਼ਾਰ ਤੋਂ ਵੱਧ ਜੀ ਕਰ ਦਿੱਤੀ ਹੁਣ ਇੰਟਰਵਿਊ ਹਾਂਜੀ ਹਾਂ ਬਿਲਕੁਲ ਜੀ ਮੈਂ ਹਜ਼ਾਰ ਤੋਂ ਵੱਧ ਬਜ਼ੁਰਗਾਂ ਨੂੰ ਮਿਲ ਚੁਕਾਂ ਲੇਕਰ ਜਿਹੜੀਆਂ ਮੈਂ ਪਬਲਿਸ਼ ਕੀਤੀਆਂ YouTube ਤੇ ਉੱਤੇ ਉਹ ਤਕਰੀਬਨ ਤਕਰੀਬਨ 700 ਦੇ ਕਰੀਬ ਆ ਜੀ ਵਾਹ ਏ ਜੀ ਮਹਾਰਾਜ ਦੇਖ ਲਓ ਜਿਹੜੇ ਬਜ਼ੁਰਗ ਜਿਹੜੇ ਉਸ ਵੰਡ ਦੇ ਵਿੱਚ ਦੀ ਲੰਗੇ ਆ ਜੀ ਸਾਡੇ ਦਾਦੇ ਦਾਦੀਆਂ ਨਾਨੇ ਨਾਨੀਆਂ ਜੀ 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 ਦੇਖ ਲਓ ਬਜ਼ੁਰਗ ਹੋਈ ਜਾਂਦੇ ਉਹਨਾਂ ਦੇ ਨਾਲ ਹੀ ਕਹਾਣੀਆਂ ਉਹਨਾਂ ਦੇ ਨਾਲ ਹੀ ਜਾ ਰਹੀਆਂ ਤੇ ਤੁਸੀਂ ਜਿਹੜਾ ਇਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਨਾ ਬਹੁਤ بڑا ਅਪਰਾਲਾ ਜੀ ਤੁਹਾਡੇ ਮਨ 'ਚ ਖਿਆਲ ਕਿਦਾਂ ਆ ਗੱਲ ਇਸ ਤਰ੍ਹਾਂ ਹੋਈ ਜੀ ਕਿ ਜਦੋਂ ਨਾ ਪਿੰਡ ਦੇ ਬਜ਼ੁਰਗ ਕਿਤੇ ਬੈਠਦੇ ਹੂੰ ਤੇ ਉਹ ਉਹ ਗੱਲਾਂ ਕਰਦੇ ਉਹਨਾਂ ਲੋਕਾਂ ਦੀਆਂ ਜਿਹੜੇ ਗੈਰ ਹਾਜ਼ਰ ਹੋ ਗਏ ਸੀ 1947 ਵਿੱਚ ਹਾਂਜੀ ਬਖਰੇ ਤਰ੍ਹਾਂ ਦੇ ਨਾਂ ਕਿਉਂਕਿ ਮੁਸਲਮਾਨ ਤੇ ਸਾਰੇ ਚਲੇ ਗਏ ਸੀ ਕਦੇ ਤਾਲਬ ਦਾ ਜ਼ਿਕਰ ਆਉਂਦਾ ਕਦੇ ਨਥੂ ਦਾ ਕਦੇ ਛਜੂ ਦਾ ਜ਼ਿਕਰ ਆਉਂਦਾ ਹਾਂਜੀ ਤੇ ਇਸ ਤਰ੍ਹਾਂ ਦੇ ਜਦੋਂ ਨਾਂ ਸਾਡੇ ਸਾਹਮਣੇ ਆਉਂਦੇ ਤੇ ਥੋੜੀ ਜਿਹੀ ਹੈਰਾਨੀ ਵੀ ਹੁੰਦੀ ਵੀ ਇਹ ਕਿਸ ਤਰ੍ਹਾਂ ਦੇ ਲੋਕਾਰ ਜਾਂ ਨਾਂ ਜਿਹੜੇ ਆ ਸਾਡੇ ਸਾਹਮਣੇ ਆ ਰਹੇ ਆ ਇਹ ਕਿਹਨਾਂ ਦਾ ਜ਼ਿਕਰ ਕਰ ਰਹੇ ਆ ਪਰ ਉਦੋਂ ਤੱਕ ਸਾਨੂੰ ਐ ਸਮਝ ਨਹੀਂ ਸਮਝ ਨਹੀਂ ਸੀ ਕਿ ਇੱਕ ਪੰਜਾਬ ਹੁੰਦਾ ਸੀ ਸਾਂਝਾ ਹੁੰਦਾ ਸੀ ਫਿਰ ਉਹ ਵੱਡਿਆ ਗਿਆ 47 ਦੇ ਵਿੱਚ ਇੱਕ ਬਹੁਤ ਵੱਡੀ ਹਿਜਰਤ ਹੋਈ ਤੇ ਜਦੋਂ ਥੋੜੀ ਜਿਹਾ ਵੱਡੇ ਹੋਏ ਨਾ ਫਿਰ ਥੋੜੀ ਜਿਹੜੇ ਪਿੰਡ ਦੇ ਖੋਲੇ ਹੁੰਦੇ ਆ ਖਾਲੀ ਥਾਵਾਂ ਹੁੰਦੀਆਂ ਆ ਹੁਣ ਤੌੜ ਪਇਓ ਹੁੰਦੇ ਆ ਫਿਰ ਤੁਰੇ ਤੁਰੇ ਜਾਂਦੇ ਆ ਕਹਿਣਾ ਵੀ ਇੱਥੇ ਫਲਾਣਾ ਮੁਸਲਮਾਨ ਰਹਿੰਦਾ ਸੀ ਇੱਥੇ ਇੱਕ ਔਰਤ ਰਹਿੰਦੀ ਸੀ ਐਨਾ ਜੀ ਇਵਨ ਸਾਡੇ ਘਰ ਦੇ ਵਿੱਚ ਹੀ ਹਾਂਜੀ ਜਿਹੜਾ ਸਾਡਾ ਘਰ ਆ ਨਾ ਜੀ ਘਰ ਦੇ ਨਾ ਸਾਡੇ ਘਰ ਦੇ ਵਿਚਕਾਰ ਦੀ ਇੱਕ ਗਲੀ ਲੰਘਦੀ ਹੁੰਦੀ ਸੀ ਤੇ ਉਹਦੇ ਦੂਜੇ ਪਾਸੇ ਦੱਸਦੇ ਆ ਕਿ ਇੱਕ ਔਰਤ ਹੁੰਦੀ ਸੀ ਕੱਲੀ ਉਹਦਾ ਉਹ ਫੌਜ ਚ ਗਿਆ ਸੀ ਵਾਪਸ ਨਹੀਂ ਸੀ ਆਇਆ ਤੇ ਉਹ ਬਾਅਦ ਦੇ ਵਿੱਚ ਬਜ਼ੁਰਗਾਂ ਨੇ ਘਰ ਉਹ ਗਲੀ ਮੋਹਰੇ ਛੱਡ ਕੇ ਘਰ ਜਿਹੜਾ ਉਹ ਇਕੱਠਾ ਕਰ ਲਿਆ ਤੇ ਉਹ ਕੋਠੜੀ ਜਿਹੀ ਜਿੱਥੇ ਇੱਕ ਸਾਡੀ ਕੋਠੜੀ ਹੁੰਦੀ ਸੀਗੀ ਪੁਰਾਣਿਆਂ ਵੇਲੇ ਦੇ ਹਿਸਾਬ ਨਾਲ ਜਿੱਥੇ ਕਿ ਮੈਂ ਸੌਂਦਾ ਹੁੰਦਾ ਸੀਗਾ ਹਾਂਜੀ ਸ਼ਾਲ ਦੀਆਂ ਰਾਤਾਂ ਦੇ ਵਿੱਚ ਤੇ ਉਹ ਮੇਰੀ ਦਾਦੀ ਮਾਂ ਦੱਸਦੀ ਵੀ ਇੱਥੇ ਉਹ ਇਹ ਵੀਰਵਾੜ ਦੇ ਵੀਰਵਾੜ ਦੀਵਾਲੀ ਦੀ ਹੁੰਦੀ ਸੀ ਮੈਂ ਉਹਨੂੰ ਮਹਿਸੂਸ ਕਰਨਾ ਉਸਔਰਤ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ ਤੇ ਫਿਰ ਫਿਰ ਪਤਾ ਲੱਗਾ ਵੀ ਸਾਡੇ ਪਿੰਡ ਦੇ ਤੇ ਕਲਾਕਾਰ ਬਹੁਤ ਵੱਡੇ ਹੁੰਦੇ ਸੀਗੇ ਹੂੰ ਇੱਕ ਆਪਣਾ ਗਰੁੱਪ ਹੁੰਦਾ ਸੀ ਬੜੀ ਦੂਰ ਦੂਰ ਤੱਕ ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਰਿਆਸਤਾਂ ਦੇ ਵਿੱਚ ਜਾ ਕੇ ਉਹ ਨਕਲਾਂ ਕਰਦੇ ਸੀ ਉਹ ਗਾਉਂਦੇ ਸੀ ਤੇ ਫਿਰ ਮਤਲਬ ਇਸ ਤਰ੍ਹਾਂ ਹੌਲੀ ਹੌਲੀ ਨਾ ਮੈਂ ਉਹਨਾਂ ਲੋਕਾਂ ਨਾਲ ਜੁੜ ਗਿਆ ਜਿਹੜੇ 47 ਤੋਂ ਪਹਿਲਾਂ ਇੱਥੇ ਵੱਸਦੇ ਸੀਗੇ ਕਲਾਕਾਰ ਸੀ ਜਿਨ੍ਹਾਂ ਕਰਕੇ ਸਾਡੇ ਪਿੰਡ ਦੀ ਪਛਾਣ ਸੀ ਤੇ ਮੈਨੂੰ ਇਹ ਲੱਗਣ ਲੱਗ ਪਿਆ ਵੀ ਉਹ ਬੜੇ ਮਹੱਤਵਪੂਰਨ ਸੀਗੇ ਉਹ ਤੋਰਨ ਵਾਲੇ ਨਹੀਂ ਸੀਗੇ ਤੇ ਉਹਨਾਂ ਨੂੰ ਰੱਖ ਲੈਣਾ ਚਾਹੀਦਾ ਸੀ ਇਸ ਤਰ੍ਹਾਂ ਮੈਂ ਹੌਲੀ ਹੌਲੀ ਮੇਰੇ ਅੰਦਰ ਇੱਕ ਇੱਕ ਨਾ ਖਿਆਲ ਆਇਆ ਕਿ ਉਹ ਲੋਕਾਂ ਦੀਆਂ ਕਹਾਣੀਆਂ ਜਿਹੜੀਆਂ ਨਾ ਮੈਂ ਬਜ਼ੁਰਗਾਂ ਤੋਂ ਸੁਣਾ ਇਕੱਠੀਆਂ ਕਰਨ ਲੱਗ ਪਿਆ ਤੁਸੀਂ ਤੁਹਾਡਾ ਪਿੰਡ ਹੈਗਾ ਜੀ ਸਿੰਗੜੀ ਵਾਲਾ ਹਾਂਜੀ ਮੇਰਾ ਪਿੰਡ ਸਿੰਗੜੀ ਵਾਲਾ ਜੀ ਜਲੰਧਰ ਰੋਡ ਤੇ ਹੁਸ਼ਿਆਰਪੁਰ ਤੋਂ ਬਾਅਦ ਜੇ ਜਲੰਧਰ ਨੂੰ ਜਾਈਏ ਤੇ ਪਹਿਲਾ ਪਿੰਡ ਹੁਣ ਸਾਡਾ ਹੀ ਆਉਂਦਾ ਹਾਂ ਹਾਂ ਵਿੱਚੇ ਵੜ ਗਿਆ ਜੀ ਬਿਲਕੁਲ ਮਤਲਬ ਹੁਸ਼ਿਆਰਪੁਰ ਤਿਆਰ ਬੈਠਾ ਜੀ ਸਾਡੇ ਪਿੰਡ ਨੂੰ ਖਾਣ ਲਈ ਹਾਂਜੀ ਹਾਂਜੀ ਮੈਨਾਂ ਪਹਿਲਾਂ ਤਾਂ ਸਾਰੇ ਸੱਜਣਾ ਨੂੰ ਇਹ ਕਹੂੰਗਾ ਕਿ ਉਹ ਤੁਹਾਡਾ ਸੰਤਾਲੀ ਨਾਵਾ ਜ਼ਰੂਰ ਦੇਖਣ ਜੀ YouTube ਤੇ ਜਾ ਕੇ ਬਹੁਤ ਵੀਡੀਓਜ਼ ਅਵੇਲੇਬਲ ਹੈਗੀਆਂ ਤੇ ਜਿਹੜੇ ਸੱਜਣ ਪੜਨ ਦੇ ਸ਼ਕੀਨ ਆ ਉਹ ਤੁਹਾਡੀ ਕਿਤਾਬ ਵੀ ਇੱਕ ਛਪ ਚੁੱਕੀ ਆ ਤੇ ਇੱਕ ਹੋਰ ਤਿਆਰ ਤੁਸੀਂ ਕਾਫੀ ਕਹਾਣੀਆਂ ਸੈਂਕੜਿਆਂ ਦੇ ਵਿੱਚ ਲਿਖੀਆਂ ਹੋਈਆਂ ਉਹਨਾਂ ਹੀ ਗੱਲਾਂ ਦੇ ਵਿੱਚੋਂ ਸਾਰੀਆਂ ਸਚਾਈਆਂ ਦੀਆਂ ਜਿਹੜੀਆਂ ਉਹ ਕਿਤਾਬ ਵੀ ਉਹ ਪੜ ਸਕਦੇ ਆ ਜੀ ਤੇ ਪਰੇ ਦੇਖ ਲਓ ਜੀ ਕਿੰਨਾ ਦੁਖਾਤ ਹੋਇਆ ਕਿ ਕਿਹੋ ਜਿਹਾ جنੂਨ ਲੋਕਾਂ ਦੇ ਸਿਰ ਤੇ ਚੜਿਆ ਕਿ ਆਪਣੇ ਨਾਲ ਬਸਦੇ ਆ ਉਹ ਜਦੋਂ ਆਪਾਂ ਸਾਰੀ ਗੱਲ ਸੁਣੀ ਦੀ ਨਾ ਕਿ ਕਿੰਦਾ ਦਾ ਜੋਸ਼ ਸੀ ਉਹ ਇੱਕ ਤਰੀਕੇ ਨਾਲ ਇਨਸਾਨੀਅਤ ਹੀ ਬੰਦੇ ਦੇ ਅੰਦਰੋਂ ਮਰ ਜਾਂਦੀ ਉਸ ਵੇਲੇ ਜਿਸ ਵੇਲੇ ਉਹ ਆਪਣੇ ਇਸ ਤਰੀਕੇ ਨਾਲ ਗਵਾਂਢੀ ਆਪਣੇ ਭਰਾ ਆਪਣੇ ਮਿੱਤਰ ਆਪਣੇ ਦੋਸਤ ਆਪਣੇ ਨਾਲ ਪੜੇ ਤੁਰੇ ਹੋਏ ਬੰਦੇ ਦਾ ਕਤਲ ਕਰਦਾ ਗੱਲ ਇਸ ਤਰ੍ਹਾਂ ਆ ਜੀ ਕਿ ਇਨਸਾਨ ਵਿੱਚ ਹਯਾਨ ਤੇ ਸ਼ੈਤਾਨ ਤੇ ਭਗਵਾਨ ਦੋਨੇ ਵਸਦੇ ਆ ਤੇ ਹਾਲਾਤ ਆ ਇੱਕ ਚੀਜ਼ ਨੂੰ ਹਾਵੀ ਕਰ ਦਿੰਦੇ ਆ ਹਾਂਜੀ ਜਿਹੜੀ ਧਰਮ ਦੀ ਸਹੀ ਵਿਆਖਿਆ ਤੇ ਜਿਹੜੇ ਸਾਡੇ ਮਹਾਪੁਰਸ਼ਾਂ ਦੇ ਬਚਨਿਆ ਜੇ ਉਹਨਾਂ ਦੀ ਕੋਈ ਅਮਲ ਕਰੇ ਤੇ ਉਹਦੀ ਉਹਦੀ ਪਹਿਲੀ ਆਪਸ਼ਨ ਮੁਹੱਬਤ ਹੀ ਬਚਦੀ ਆ ਪਰ ਕਈ ਵਾਰ ਜਦੋਂ ਜਦੋਂ ਇਸ ਤਰ੍ਹਾਂ ਦਾ ਮੌਕਾ ਹੋਵੇ ਲਾਅ ਐਂਡ ਆਰਡਰ ਨਾ ਰਵੇ ਸਾਰੇ ਪਾਸੇ ਖੁੱਲੀ ਛੁੱਟੀ ਆ ਕੋਈ ਕਿਸੇ ਨੂੰ ਚੁੱਕ ਸਕਦਾ ਉਦਾਸ ਸਕਦਾ ਮਾਰ ਸਕਦਾ ਤੇ ਫਿਰ ਬੰਦੇ ਦੇ ਅੰਦਰ ਜਿਹੜਾ ਹਵਾਨ ਆ ਨਾ ਉਹ ਬਾਹਰ ਆਉਣ ਦੇ ਜਿਹੜੇ ਇਹਨਾਂ ਮੌਕੇ ਆ ਉਹ ਵੱਜ ਜਾਂਦੇ ਆ 47 ਦੇ ਵਿੱਚ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਪਰ ਸਕਤਾ ਜੀ ਮੈਂ ਇੱਕ ਗੱਲ ਦੱਸਾਂ ਤੇ ਮੈਂ ਜ਼ਰੂਰ ਹਜ਼ਾਰ ਤੋਂ ਵੱਧ ਬਜ਼ੁਰਗਾਂ ਨੂੰ ਮਿਲਿਆ ਪਰ ਮੈਂ ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਆ ਮੈਂ ਗੱਲ ਕਈ ਵਾਰ ਕਹੀ ਵੀ ਆ ਕਿ 47 ਦੇ ਵਿੱਚ ਜਿਹੜਾ ਲਹੂ ਦਾ ਇੱਕ ਛੇਮਾ ਦਰਿਆ ਸਾਡੇ ਪੰਜਾਬ ਦੇ ਵਿੱਚ ਵਗਿਆ ਹਾਂਜੀ ਮੈਂ ਤੇ ਮੈਂ ਤੇ ਉਸ ਦਰਿਆ ਦੇ ਉੱਤੇ ਤੈਰਦੇ ਜਿਹੜੇ ਫੁੱਲਿਆ ਮੈਂ ਉਹਨਾਂ ਨੂੰ ਚੁਗਣ ਤੁਰਿਆ ਹਾਂਜੀ ਮੈਂ ਉਹ ਕਹਾਣੀਆਂ ਲੱਭ ਲਈਆਂ ਜਿਹੜੀਆਂ ਬਿਲਕੁਲ ਇਸ ਹਨੇਰਗਰਦੀ ਦੇ ਵਿੱਚ ਇਸ ਸਿਆਸਮਿਆਂ ਦੇ ਵਿੱਚ ਵੀ ਜਿਹੜੀਆਂ ਮਨੁੱਖਤਾ ਨੂੰ ਜਿਨ੍ਹਾਂ ਨੇ ਹਲਾਰਾ ਦਿੱਤਾ ਔਰ ਇਸ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਸਾਹਮਣੇ ਆਈਆਂ ਕਿ ਯਾਰ ਮਨੁੱਖ ਜਿਨ੍ਹਾਂ ਨੂੰ ਅਸੀਂ ਆਪਾਂ ਹੁਣ ਕਲੰਕ ਤਾਂ ਲਾਉਨੇ ਹੀ ਆਪਾਂ ਇਹ ਸਾਡੀ ਆਪਣੀ ਪੰਜਾਬੀ ਕੌਮ ਤੇ ਦੋਨੇ ਪਾਸੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਬਿਨਾਂ ਸ਼ੱਕ ਸਾਨੂੰ ਸ਼ਰਮਿੰਦੇ ਕੀਤਾ ਆਉਣ ਵਾਲੀਆਂ ਪੀੜ੍ਹੀਆਂ ਅੱਜ ਸਵਾਲ ਕਰ ਰਹੀਆਂ ਉਹਨਾਂ ਤੇ ਤੇ ਉਹ ਸਾਰਾ ਉਹ ਸਾਰਾ ਕੁਝ ਉਹ ਸਾਰਾ ਕੁਝ ਹੈਗਾ ਇਹਦੇ باوجود ਕੋਚੀ ਚਾਹਾਂ ਜਿਨ੍ਹਾਂ ਤੇ ਮਾਣ ਕੀਤਾ ਜਾ ਸਕਦਾ ਮੇਰੀ ਕੋਸ਼ਿਸ਼ ਹਮੇਸ਼ਾ ਹੀ ਰਹੀ ਕਿ ਜੇ ਅਸੀਂ ਪੰਜਾਬ ਦੀ ਸਾਂਝੀ ਰਹਿਤਲ ਵੈਤਲ ਨੂੰ ਜੇ ਪੰਜਾਬ ਦੇ ਉਹ ਜਿਹੜੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਜੇ ਅਸੀਂ ਇੱਕ ਬਹੁਤ ਖੂਬਸੂਰਤੀ ਨਾਲ ਅੱਗੇ ਲਿਆਉਣਾ ਆ ਤੇ ਅਸੀਂ ਇਹ ਵੀ ਲੱਭਣਾ ਆ ਵੀ ਉਹ ਸਿਰਫ ਤੇ ਸਿਰਫ ਨਫਰਤ ਕਤਲੋਗਾਰਤ ਅਧਾਲਿਆਂ ਦਾ ਦੌਰ ਨਹੀਂ ਸੀ ਕਿਤੇ ਕਿਤੇ ਕੋਈ ਮੁਹੱਬਤ ਦਾ ਚਿਰਾਗ ਵੀ ਜਲਦਾ ਸੀ ਉਹਦੀ ਰੌਸ਼ਨੀ ਅਸੀਂ ਜਿਹੜੀ ਆ ਉਹ ਫਾਰਮ ਦੀ ਖੋਜ ਕੀਤੀ ਔਰ ਮੇਰੇ ਕੋਲ ਬੜੀਆਂ ਕਹਾਣੀਆਂ ਆ ਜਿਨ੍ਹਾਂ ਦੇ ਵਿੱਚ ਬੰਦਿਆਂ ਨੇ ਧਰਮ ਤੋਂ ਜਾਤ ਤੋਂ نسل ਤੋਂ ਪਰ ਉੱਠ ਕੇ ਉਹ ਜਿਹੜੀ ਸਦੀਆਂ ਦੀ ਸਾਂਸ ਸੀ ਉਹਦੀ ਲਾਜ ਪਾਲੀ ਜੀ ਇੱਕ ਗੱਲ ਮੇਰੇ ਮਨ 'ਚ ਆਈ ਆ ਜਦੋਂ ਤੁਸੀਂ ਇਹ ਗੱਲ ਕੀਤੀ ਆ ਜੀ ਕਿ ਅਖੀਰ ਦੇ ਵਿੱਚ ਤਾਂ ਫਿਰ ਇਹੀ ਆ ਗਿਆ ਕਿ ਇਨਸਾਨ ਦੀ ਜਿਹੜੀ ਫਿਤਰਤ ਆ ਉਹ ਉਹਦੇ ਉਹਦੇ ਮੁਤਾਬਕ ਹੀ ਉਹ ਤੁਰਦਾ ਹਾਂਜੀ ਜੀ ਜਿਸ ਬੰਦੇ ਦੀ ਤਾਂ ਫਿਤਰਤ ਬਹੁਤ ਵਧੀਆ ਸੀ ਉਹਨੂੰ ਬੇਸ਼ੱਕ ਉਹਦੇ ਮੋਰੇ ਸੋਨਾ ਹਾਰ ਵੀ ਖਿਲਾਰਾਰ ਦਿੱਤੇ ਉਹ ਇਹੀ ਸੋਚਦਾ ਜਾ ਰਿਹਾ ਕਿ ਇਹਦੇ ਹੋਊਗੇ ਮੈਂ ਉਹ ਬੰਦਾ ਲੱਭਾਂ ਹਾਂਜੀ ਜੀ ਤੇ ਦੂਜੇ ਪਾਸੇ ਕਈ ਐਸੇ ਵੀ ਬੰਦੇ ਆ ਜੇ ਉਹਨਾਂ ਨੂੰ ਇਹ ਪਤਾ ਲੱਗ ਜਵੇ ਕਿ ਇਸ ਬੰਦੇ ਦੀ ਜੇਬ ਚ ਰੁਪਈਆ ਉਹਨਾਂ ਨੂੰ ਪਤਾ ਕਿ ਮੈਨੂੰ ਅੱਜ ਕੋਈ ਦੇਖਦਾ ਨਹੀਂ ਉਹਨੂੰ ਮਾਰਨ ਲਈ ਤਿਆਰ ਹੋ ਜਾਂਦੇ ਆ ਪਰ ਜਦੋਂ ਉਹਨਾਂ ਨੂੰ ਕੋਈ ਦੇਖਦਾ ਤਾਂ ਉਹ ਬੜੇ ਸੋਹਣੇ ਸਾਊ ਬਣ ਕੇ ਬੈਠੇ ਰਹਿੰਦੇ ਆ ਮੈਂ ਸਰਦਾਰ ਜੀ ਇੱਕ ਗੱਲ ਹੋਰ ਕਹਿਣੀ ਆ ਵੀ ਬੜੇ ਭੁਲੇਖੇ ਦੂਰ ਹੋਏ ਜਦੋਂ ਬਜ਼ੁਰਗਾਂ ਨੂੰ ਮੈਂ ਮਿਲਿਆ ਹੂੰ ਮੈਂ ਇੱਕ ਪਿੰਡ 'ਚ ਗਿਆ ਪਿੰਡ ਦਾ ਨਾਮ ਨਹੀਂ ਲੈਣਾ ਚਾਹੀਦਾ ਚਲੋ ਨਹੀਂ ਲੈਂਦੇ ਉੱਥੇ ਇੱਕ ਬੀਐਸਸੀ ਕੀਤੀ ਹੋਈ ਟੀਚਰ ਸੀਗਾ ਜਿਹਨੇ ਆਪਣੇ ਪਿੰਡ ਦੇ ਬੰਦਿਆਂ ਨੂੰ ਮਤਲਬ ਮਾਰਿਆ ਸੀਗਾ ਔਰ ਨੇੜੇ ਤੇੜੇ ਵੀ ਕਤਲੋਗਾਰਥ ਕੀਤੀ ਸੀ ਹਾਂ ਜੇ ਕਈ ਬਾਰੇ ਅਸੀਂ ਕਹਿ ਦਿੰਦੇ ਆ ਵੀ ਇਹ ਅਨਪੜਾ ਦਾ ਕੰਮ ਸੀਗਾ ਇਹ ਵੀ ਮੇਟ ਟੁੱਟ ਗਈ ਦੂਜੀ ਅੱਛਾ ਦੂਜੀ ਇੱਕ ਇਹ ਤੋਂ ਵੀ ਇੰਟਰਸਟਿੰਗ ਗੱਲ ਹਾਂ ਜਿਹੜੇ ਬੰਦੇ ਜਿਨ੍ਹਾਂ ਨੂੰ ਅਸੀਂ ਆਸ-ਪਾਸੇ ਨਾ ਲੀਕ ਦੇ ਦੋਨੇ ਪਾਸੇ ਆ ਕਹਿੰਦੇ ਆ ਵੀ ਉਹ ਇਲਾਕੇ ਦਾ ਵੱਡਾ ਬਦਮਾਸ਼ ਸੀਗਾ ਚੋਰ ਸੀ ਡਾਕੂ ਸੀ ਹਾਂਜੀ ਜਿਆਦਾ ਚੰਗੇ ਕੰਮ ਕਰਨ ਦੀਆਂ ਉਦਾਹਰਣਾਂ ਉਹਨਾਂ ਦੀਆਂ ਆ ਪੁਰਾਣੀ ਦੀ ਗੱਲ ਇਹ ਆ ਹਾਂਜੀ 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 ਪਤਾ ਪਤਾ ਨਹੀਂ ਉਹ ਉਸ ਤੋਂ ਪਹਿਲੇ ਉਹਨਾਂ ਦਾ ਕਥਾਰਸਿਸ ਹੋ ਚੁੱਕਾ ਸੀ ਉਹਨਾਂ ਨੇ ਦੁਨੀਆ ਵੇਖ ਲਈ ਸੀ ਜਿਹੜਾ ਉਹਨਾਂ ਦਾ ਅੰਦਰਲਾ ਜਿਹੜਾ ਦਰਿੰਦਾ ਸੀਗਾ ਉਹ ਕੱਢ ਚੁੱਕੇ ਸੀਗੇ ਹਾਂ ਫਿਰ ਉਹ ਇੱਕੋ ਦਲੇਰ ਵੀ ਸੀ ਕਿਉਂਕਿ ਇੱਕ ਗੱਲ ਮੈਂ ਹੋਰ ਵੇਖੀ ਆ ਕਿ ਜਦੋਂ ਦੋਨੇ ਪਾਸਿਓਂ ਹਿਜਰਤ ਹੋ ਰਹੀ ਸੀ ਜਿਹੜੇ ਸ਼ਰੀਫ ਬੰਦੇ ਸੀ ਹੂੰ ਉਹ ਉਹ ਘਰਾਂ ਵਿੱਚ ਲੁਕੇ ਰਹੇ ਇਹ ਬਦਮਾਸ਼ ਜਿਹੜੇ ਸੀਗੇ ਜਿਹੜੇ ਆਪਣੇ ਆਪ ਨੂੰ ਡਾਢੇ ਸਮਝਦੇ ਸੀ ਜਿਨ੍ਹਾਂ ਨੇ ਦੁਨੀਆ ਵੇਖੀ ਸੀ ਉਹ ਡਾਂਗਾਂ ਨੇਜ਼ੇ ਜਾਂ ਬੰਦੂਕਾਂ ਲੈ ਕੇ ਉਹਨਾਂ ਨੇ ਦੋਨੇ ਪਾਸੇ ਹਵਸਤ ਕੀਤੀ ਆ ਹੂੰ ਬੜੀਆਂ ਇੰਟਰਸਟਿੰਗ ਉਦਾਹਰਨਾਂ ਮਿਲੀਆਂ ਜੀ ਬੜੀਆਂ ਲੋਕਕਾਰੀਆਂ ਉਦਾਹਰਨਾਂ ਮਿਲੀਆਂ ਤੇ ਮੈਂ ਹੈਰਾਨ ਹੁੰਨਾ ਵੀ ਉਹ ਲੋਕ ਜਿਨ੍ਹਾਂ ਦਾ ਇੱਕ ਆਕਸ ਬਣ ਚੁੱਕਾ ਸੀ ਵੀ ਇਹ ਲੁਟੇਰੇ ਆ ਜਾਂ ਬਦਮਾਸ਼ ਆ ਜਾਂ ਡਾਕੂ ਆ ਉਹ ਉਸ ਵੇਲੇ ਡਟੇ ਆ ਅਸੀਂ ਇਤਿਹਾਸ ਤੋਂ ਸਬਕ ਤਾਂ ਤਾਂ ਹੀ ਲੈ ਸਕਦੇ ਜੇ ਅਸੀਂ ਇਤਿਹਾਸ ਨੂੰ ਦੇਖੀਏ ਇਤਿਹਾਸ ਨੂੰ ਪੜਹੀਏ ਦੇਖੀਏ ਤਾਂ ਸਹੀ ਹੋਇਆ ਕੀ ਹੈ ਜੀ ਤੇ ਉਸ ਇਤਿਹਾਸ ਨੂੰ ਪੜਨ ਲਈ ਕਿਸੇ ਇਤਿਹਾਸਕ ਬੁੱਕ ਨਾਲੋਂ ਉਹਨਾਂ ਬਜ਼ੁਰਗਾਂ ਦੇ ਜਿਹੜੇ ਮੂੰਹੋਂ ਨਿਕਲੇ ਹੋਏ ਸ਼ਬਦ ਆ ਉਹ ਇੱਕ ਇੱਕ ਸ਼ਬਦ ਹਜ਼ਾਰ ਹਜ਼ਾਰ ਸਫ਼ੇ ਦੇ ਬਰਾਬਰ ਆ ਕਿਤਾਬਾਂ ਚੋਂ ਪੜ੍ਹੇ ਹੋਏ ਬਿਲਕੁਲ ਤੇ ਉਹ ਮੈਂ ਫੇਰ ਗੁਜ਼ਾਰਿਸ਼ ਕਰੂੰਗਾ ਸਾਰਿਆਂ ਨੂੰ ਕਿ ਉਹ ਜ਼ਰੂਰ ਦੇਖੋ ਪਰ ਜੀ ਮੈਂ ਇੱਥੇ ਮੇਰੇ ਮਨ ਵਿੱਚ ਕੁਝ ਆਪਣੇ ਕੁਝ ਸਵਾਲ ਆ ਇੱਕ ਤਾਂ ਜੀ ਕਿ ਥੋੜਾ ਜਿਹਾ ਦੱਸੋ ਕਿ ਜਦੋਂ ਉਧਰੋਂ ਲੋਕ ਆਏ ਉਧਰੋਂ ਲੋਕ ਇੱਧਰ ਗਏ ਆ ਜੀ ਕੋਈ ਕਿਤੇ ਚਲ ਗਿਆ ਕੋਈ ਕਿਤੇ ਚਲ ਗਿਆ ਜਿਹੜੀਆਂ ਘਰਾਂ ਦੀਆਂ ਜ਼ਮੀਨਾਂ ਦੀਆਂ ਸਾਈਨਮੈਂਟਾਂ ਹੋਈਆਂ ਉਹ ਉਹਦੇ ਬੜੇ ਥੋੜਾ ਜਿਹਾ ਜਨਨ ਕੇ ਸੀਮਤ ਜੇ ਸ਼ਬਦਾਂ ਵਿੱਚ ਦੱਸੋ ਕਿ ਉਹ ਕਿੱਦਾਂ ਹੋਇਆ ਲੋਕ ਲੱਭੇ ਕਿੱਦਾਂ ਉਹ ਉਹਨਾਂ ਅਦਾਰਿਆਂ ਨੇ ਆ ਦੇਖੋ ਜੀ ਇੱਕ ਬੜੀ ਵੱਡੀ ਉਦਾਹਰਣ ਹੈ ਸਾਡੇ ਇੱਧਰਲੇ ਪਾਸੇ ਡਾਕਟਰ ਮਹਿੰਦਰ ਸਿੰਘ ਰੰਦਾਵਾ ਹਾਂਜੀ ਹਾਂ ਇਹ ਜਿਹੜਾ ਕੰਮ ਹੋਇਆ ਇਸ ਪਾਸੇ ਹੋਇਆ ਤੇ ਉਸ ਪਰਸਨੈਲਿਟੀ ਨੇ ਉਹ ਬੜਾ ਇਮਾਨਦਾਰ ਤੇ ਬਹੁਤ ਚੰਗੇ ਆਈਸੀਐਸ ਸੀਗੇ ਜੀ ਉਹ ਅੰਗਰੇਜ਼ਾਂ ਦੇ ਵੱਲੇ ਦੇ ਹਾਂ ਤੇ ਜਦੋਂ ਜਦੋਂ ਦਿੱਲੀ ਦੇ ਉੱਤੇ ਆਜ਼ਾਦੀ ਤੋਂ ਬਾਅਦ ਤਿਰੰਗਾ ਚੁਲਾਇਆ ਗਿਆ ਤੇ ਉਹ ਨਾਲ ਖੜਿਆ ਹਾਂਜੀ ਪਟੇਲ ਔਰ ਜਵਾਲਾਲ ਨਹਿਰੂ ਹੁਣਾਂ ਦੇ ਹਾਂਜੀ ਔਰ ਸਿੱ ਪਿੱਛੋਂ ਸਾਡੇ ਹੁਸ਼ਿਆਰਪੁਰ ਬੋਦਣਾ ਪਿੰਡ ਦੇ ਸੀਗੇ ਹਾਂਜੀ ਉਹਨਾਂ ਨੇ ਏਡੀ ਪਲੈਨਿੰਗ ਨਾਲ ਕੰਮ ਕੀਤਾ ਐਨੇ ਪਟਵਾਰੀ ਨਿਯੁਕਤ ਕੀਤੇ ਗਏ ਕਿਉਂਕਿ ਕੁਝ ਢੇਰ ਬਾਅਦ ਹੀ ਰਿਕਾਰਡ ਆਉਣਾ ਸੀਗਾ ਸ਼ੁਰੂਆਤ ਦੇ ਵਿੱਚ ਤਾਂ ਪਹਿਲਾਂ ਇਹ ਨਹੀਂ ਦੇਖਿਆ ਗਿਆ ਕੋਈ ਕਾਸਤਕਾਰ ਆ ਕੇ ਗੈਸ਼ ਕਾਸਤਕਾਰ ਆ ਉਹਨਾਂ ਸਾਰਿਆਂ ਨੂੰ ਇੱਕ ਇੱਕ ਕੀਲਾ ਜ਼ਮੀਨ ਉਹ ਦੇ ਦਿੱਤੀ ਗਈ ਕਿਉਂਕਿ ਉਹ ਭੁੱਖੇ ਮਰਦੇ ਆਏ ਸੀ ਉਧਰੋਂ ਸਾਰਾ ਕੁਝ ਲੁੱਟ ਗਿਆ ਸੀ ਘਰ ਟੈਂਪਰੇਰੀ ਅਸਾਈਨਮੈਂਟ ਕਰਤੀ ਹਾਂਜੀ ਦੇ ਦਿੱਤੇ ਹਾਂਜੀ ਉਸ ਤੋਂ ਬਾਅਦ ਜਦੋਂ ਰਿਕਾਰਡ ਆਇਆ ਰਿਕਾਰਡ ਆਇਆ ਨਹੀਂ ਉਹਦੇ ਬਾਰੇ ਥੋੜਾ ਜਿਹਾ ਵਿਸਥਾਰ ਚ ਦੱਸੋ ਫਿਰ ਰਿਕਾਰਡ ਕेन ਮੰਗਾਇਆ ਤੇ ਉੱਥੇ ਦੀਆਂ ਚੀਜ਼ਾਂ ਤੇ ਇਹਨਾਂ ਨੇ ਭੇਜਿਆ ਵੀ ਹੋਊਗਾ ਹਾਂਜੀ ਬਿਲਕੁਲ ਇਹ ਇਹ ਰਿਕਾਰਡ ਜਿਹੜਾ ਇਹ ਹੀ ਮੋਰ ਮੋਰ ਸੇਵਾ ਜਿਹੜਾ ਡਿਪਾਰਟਮੈਂਟ ਸਾਡੇ ਇੱਧਰ ਸ਼ੁਰੂ ਹੋਇਆ ਹੂੰ ਉਹਨੇ ਇਹ ਮਤਲਬ ਅਪਰੋਚ ਕੀਤਾ ਉਧਰੋਂ ਰਿਕਾਰਡ ਇੱਧਰੋਂ ਇੱਧਰ ਆਇਆ ਇੱਧਰੋਂ ਉਧਰ ਗਿਆ ਜੀ ਹਾਂਜੀ ਉਸ ਰਿਕਾਰਡ ਦੇ ਆਧਾਰ ਦੇ ਉੱਤੇ ਫਿਰ ਜ਼ਮੀਨ ਦੀ ਜਿਹੜੀ ਕਿਸਮ ਸੀਗੀ ਹੂੰ ਜਿੱਦਾਂ ਦੁਕਾਨਾਂ ਵਾਲਿਆਂ ਨੂੰ ਦੁਕਾਨ ਦੁਕਾਨਾਂ ਦਿੱਤੀਆਂ ਸ਼ਹਿਰੀ ਜ਼ਮੀਨ ਵਾਲਿਆਂ ਨੂੰ ਸ਼ਹਿਰੀ ਜ਼ਮੀਨ ਦਿੱਤੀ ਪਿੰਡੂ ਪਿੰਡੂ ਜ਼ਮੀਨਾਂ ਵਾਲਿਆਂ ਨੂੰ ਉਧਰਲੀ ਜ਼ਮੀਨ ਦੇ ਹਿਸਾਬ ਨਾਲ ਇੱਧਰ 1 ਰੁਪਿਆ ਸਟੈਂਡਰਡ ਮੰਨ ਕੇ ਵੀ ਉਹਨੂੰ ਕਿੰਨੇ ਆਨਿਆਂ 'ਚ ਰੱਖਣਾ ਆ ਉਹ ਸਾਬ ਨਾਲ ਕਨਵਰਟ ਕਰਕੇ ਜ਼ਮੀਨਾਂ ਦਿੱਤੀਆਂ ਗਈਆਂ ਹਾਂ ਮਰੱਬੇਬੰਦੀ ਵਿੱਚ ਵੀ ਇਦਾਂ ਹੀ ਹੋਇਆ ਸੀ ਹਾਂਜੀ ਹਾਂਜੀ ਮਰੱਬੇਬੰਦੀ ਵੀ ਮਹਿੰਦਰ ਸਿੰਘ ਰਧਾਵੇ ਉਹਨਾਂ ਦੇ ਕਾਮਿਆਂ ਪ੍ਰਤਾਪ ਸਿੰਘ ਕੈਰੋ ਉਹਨਾਂ ਦੇ ਬਲੇ ਹੋਈ ਆ ਤੇ ਉਹ ਵੀ ਪੰਜਾਬ ਦਾ ਬਹੁਤ ਵੱਡਾ ਕੰਮ ਹੋਇਆ ਮੈਂ ਇੱਥੇ ਨਾਲ ਲੱਗਦਾ ਜਿਕਰ ਕਰਦਮਾ ਕਿ ਇੱਕ ਇੱਕ ਕਿਸਾਨ ਦੀ 4 4 5 5 6 6 ਜਗਾ ਟਾਕੀਆਂ ਵਰਗੀ ਜ਼ਮੀਨ ਹੁੰਦੀ ਸੀ ਹਾਂਜੀ ਕੋਈ ਉਹ ਹੁਣ ਛੇ ਖੂਹ ਨਹੀਂ ਸੀ ਲਗਵਾ ਸਕਦਾ ਉਹ ਤਾਂ ਇਧਰੋਂ ਉਧਰ ਹਰ ਨਾਲੀ ਲੈ ਜਾਂਦਾ ਹੀ ਤੱਕ ਜਾਂਦਾ ਸੀ ਇਹ ਵੀ ਮਿੰਦਰ ਸਿੰਘ ਔਰ ਪ੍ਰਤਾਪ ਸਿੰਘ ਕੈਰੋਂ ਦੀ ਉਹਨਾਂ ਦੀ ਪ੍ਰਾਪਤੀ ਸੀਗੀ ਕਿ ਉਹਨਾਂ ਨੇ ਜ਼ਮੀਨਾਂ ਨੂੰ ਇਕੱਠਿਆਂ ਕੀਤਾ ਜਿਹੜਾ ਜੂੜ ਜੋਗਾ ਬਣਾ ਦਿੱਤਾ ਕਿਸਾਨਾਂ ਨੂੰ ਹਾਂਜੀ ਜੂੜ ਜੋਗਾ ਬਣਾਤਾ ਸੋ ਇਹ ਜਦੋਂ ਰਿਕਾਰਡ ਉਧਰੋਂ ਇਧਰ ਆਇਆ ਆਪਾਂ ਗੱਲ ਦੁਬਾਰਾ ਉੱਥੇ ਆਉਨੇ ਆ ਫਿਰ ਉਸ ਤੋਂ ਬਾਅਦ ਇੱਕ ਸਟੈਂਡਰਡ ਮੰਨ ਕੇ ਉਹ ਜ਼ਮੀਨਾਂ ਜਿਹੜੀਆਂ ਅਲੋਟ ਹੋਈਆਂ ਬਿਨਾਂ ਸ਼ੱਕ ਇਹ ਗੱਲ ਮੰਨਣ ਵਾਲੀ ਆ ਕਿ ਉਧਰ ਜ਼ਮੀਨ ਵੱਧ ਛੱਡ ਕੇ ਆਏ ਸੀਗੇ ਆਹ ਹੋ ਇੱਧਰ ਸੀ ਥੋੜੀ ਕਿਸਾਨ ਸੀਗੇ ਇੱਧਰ ਥੋੜੀ ਸੀ ਫਿਰ ਕੱਟ ਤੇ ਲੱਗਣੇ ਲੱਗਣਾ ਸੀਗਾ ਉਹ ਕੱਟ ਲੱਗਿਆ ਇੱਕ ਦੇ ਕੱਟ ਲੱਗਿਆ ਜੀ ਵੈਸੀ ਤੇ ਦੂਜਾ ਕੱਟ ਇੱਕ ਹੋਰ ਲੱਗਿਆ ਵੀ ਉਧਰ ਸੀਗਾ ਇਹ ਜਿਹੜਾ ਕਿਲਾ ਉਹ ਕਿਲੇ ਦਾ ਥੋੜਾ ਜਿਹਾ ਸਾਈਜ਼ ਵੀ ਇੱਧਰ ਘਟਾ ਦਿੱਤਾ ਗਿਆ ਅੱਛਾ ਜੀ ਔਰ ਇੱਕ ਇੱਕ ਚੀਜ਼ ਦਾ ਹੋਰ ਖਿਆਲ ਰੱਖਿਆ ਇਸ ਕਮੇਟੀ ਨੇ ਖਿਆਲ ਇਹ ਰੱਖਿਆ ਵੀ ਜਿਹੜਾ ਛੋਟਾ ਕਿਸਾਨ ਆ ਉਹਨੂੰ ਉਹਦਾ ਨੁਕਸਾਨ ਨਾ ਹੋਵੇ 5 ਕਿੱਲੇ ਵਾਲੇ ਨੂੰ 5 ਕਿੱਲੇ ਮਿਲਣਗੇ 10 ਕਿੱਲੇ ਵਾਲੇ ਨੂੰ 8 9 ਕਿੱਲੇ ਮਿਲਣਗੇ ਜਦੋਂ ਉੱਪਰ ਨੂੰ ਜਾਊਗਾ ਹਾਂਜੀ ਹਾਂਜੀ ਉੱਪਰ ਨੂੰ ਜਾਊਗੀ ਜ਼ਮੀਨ ਫਿਰ ਜਿਹੜੇ ਹੁਣ ਬਟ ਫਿਰ ਬਹੁਤ ਜ਼ਿਆਦਾ ਘਟ ਗਈ ਕਈਆਂ ਦੀ ਜਿਨ੍ਹਾਂ ਦਾ 500 ਕਿੱਲਾ ਸੀ ਉਹਨਾਂ ਨੂੰ 60 70 ਕਿੱਲੇ ਮਿਲੀ ਉਹਨਾਂ ਦੀ ਕੋਸ਼ਿਸ਼ ਇਹ ਸੀ ਕਿ ਜਿਹੜੇ ਵੱਡੇ ਬੰਦੇ ਆ ਉਹਨਾਂ ਨੂੰ ਵੱਧ ਕੱਟ ਲਾਇਆ ਜਾਵੇ ਛੋਟਿਆਂ ਨੂੰ ਜੂੰਡ ਜੋਗਾ ਰੱਖ ਲਿਆ ਜਾਵੇ ਇਹਦੇ ਨਾਲ ਇਹਦੇ ਨਾਲ ਜਿਹੜੇ ਵੱਡੇ ਜ਼ਗੀਰਦਾਰ ਸਕੇ ਉਧਰ ਹਾਂਜੀ ਆ ਜਿਹਨਾਂ ਨੂੰ ਅਸੀਂ ਜੇ ਇੱਕ ਛੋਟੇ ਮਤਲਬ ਕਿਸਾਨ ਦੇ ਐਂਗਲ ਤੋਂ ਦੇਖੀਏ ਤੇ ਉਹਨਾਂ ਦਾ ਉਹ ਮੱਲੋ ਫਾਇਦਾ ਹੋ ਗਿਆ ਲੇਕਿਨ ਉਹਨਾਂ ਨੂੰ ਬਹੁਤ ਵੱਡੇ ਕਟਵੇਜ ਦੀ ਲੰਗਣਾ ਪਿਆ ਚਲੋ ਅਸੀਂ ਕਹਿ ਦਿੰਦੇ ਆ ਵੀ 47 ਨੇ ਜਿਹੜੇ ਰਾਜੇ ਸੀਗੇ ਜਾਂ ਬਹੁਤ ਵੱਡੇ ਜ਼ਕੀਰਦਾ ਸੀ ਉਹਨਾਂ ਨੂੰ ਵੀ ਜ਼ਮੀਨ ਤੇ ਲੈੰਦਾ ਇਸ ਤਰ੍ਹਾਂ ਇਹ ਸੈਟਲਮੈਂਟ ਹੋਈ ਸੀਗੀ ਜੀ ਹਾਂਜੀ 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 ਇੱਕ ਤੁਹਾਡੀ ਆਉਣ ਵਾਲੀ ਕਿਤਾਬ ਆ ਜੀ ਆਪਣਾ ਖੋਪੜੀ ਦਾ ਤਮਗਾ ਹਾਂਜੀ 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 ਤੇ ਉਸ ਕਹਾਣੀ ਦੇ ਵਿੱਚ ਵੀ ਤੁਸੀਂ ਇਹ ਗੱਲ ਦਾ ਜ਼ਿਕਰ ਕੀਤਾ ਕਿ ਇਧਰੋਂ 22 ਪਿੰਡਾਂ ਦਾ ਬੰਦਾ ਗਿਆ ਤੇ ਉੱਧਰ ਜਾ ਕੇ ਦੋ ਪਿੰਡ ਮਿਲੇ ਜਾਨਕਿ ਉੱਧਰ ਵੀ ਗੰਨਾਂ ਨੂੰ ਕੱਟ ਲੱਗਾ ਉੱਧਰ ਵੀ ਉੱਧਰ ਵੀ ਕੱਟ ਲੱਗਾ ਜੀ ਉੱਧਰ ਇੱਕ ਕੰਮ ਹੋਰ ਹੋਇਆ ਹੂੰ ਲੈਂਦੇ ਲੈਂਦੇ ਪੰਜਾਬ ਦੇ ਬੰਦੇ ਵੀ ਸੁਣ ਰਹੇ ਹੋਣਗੇ ਇਧਰ ਵੀ ਹੋਇਆ ਇਧਰ ਘੱਟ ਹੋਇਆ ਉੱਧਰ ਜ਼ਿਆਦਾ ਹੋਇਆ ਉੱਧਰ ਜਾਲੀ ਕਲੇਮ ਬਹੁਤ ਲੈ ਗਏ ਲੋਕ ਅੱਛਾ ਜਿੱਧਰ ਇਹ ਨਾ ਜਿੱਥੇ ਇਹ ਨਾ ਇਧਰ ਜਿੱਦਾਂ ਦੀ ਇੱਕ ਕੀਲਾ ਵੀ ਜ਼ਮੀਨ ਨਹੀਂ ਸੀਗੀ ਉਹ ਉੱਥੇ ਵੀ ਵੀ 25-25 ਕੀਲੇ ਆਪਣੇ ਪੌਂਡ ਦੇ ਨਾਲ ਉਹ ਲੈ ਗਏ ਜੇ ਕਿਸੇ ਦਾ ਕੋਈ ਅਫਸਰ ਵਾਕਫ ਸੀ ਜਾਂ ਸ਼ਰਮੇ ਵੀ ਰਿਸ਼ਵਤ ਵੀ ਚੱਲੀ ਹੋਊਗੀ ਹਾਂਜੀ 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 ਮੈਂ ਜੀ ਇਹ ਸੋਚਦਾ ਮੈਂ ਅੱਜ ਸੋਚਦਾ ਪੇ ਮੰਨ ਲਓ ਅੱਜ ਵੀ ਕੋਈ ਏਡਾ ਬੜਾ ਕੰਮ ਕਰਨਾ ਪੈ ਜਾਵੇ ਸਰਕਾਰ ਨੂੰ ਜੀ ਤਾਂ ਜਾਨਕਿ ਤੁਸੀਂ ਇੰਡੀਆ ਦੀ ਗੱਲ ਵੀ ਛੱਡੋ ਇੱਧਰ ਹਰੇਕ ਚੀਜ਼ ਡਿਜੀਟਾਈਜ਼ਡ ਆ ਹੁਣ ਤਾਂ ਫਰਕ ਤਾਂ ਵੀ ਇੰਡੀਆ ਦੇ ਵਿੱਚ ਵੀ ਡਿਜੀਟਾਈਜ਼ਡ ਆ ਸਾਰੀਆਂ ਚੀਜ਼ਾਂ ਹੁਣ ਵੀ ਇਸ ਗੱਲ ਨੂੰ ਏਡੀ ਪੱਧਰ ਤੇ ਦੇਖਣਾ ਕਿ ਟੋਟਲ ਸਾਡੇ ਕੋਲ ਅਵੇਲੇਬਲ ਜ਼ਮੀਨ ਕਿੰਨੀ ਆ ਵੰਡਣ ਵਾਲੀ ਜ਼ਮੀਨ ਕਿੰਨੀ ਆ ਬੰਦੇ ਕਿੰਨੇ ਉਹਨਾਂ ਦੇ ਪਰਿਵਾਰ ਕਿੰਨੇ ਹੋ ਗਏ ਉਹਨਾਂ ਦੇ ਗਾ ਮੁੰਡੇ ਕਿੰਨੇ ਉਹਨਾਂ ਦੀਆਂ ਕੁੜੀਆਂ ਕਿੰਨੀਆਂ ਉਸ ਜ਼ਮੀਨ ਦੀ ਕੀਮਤ ਕਿੰਨੀ ਇਹ ਤਾਂ ਕੰਮ ਏਡਾ ਵੱਡਾ ਸੀਗਾ ਕਿ ਇਹਨੂੰ ਤਾਂ ਹੱਥ ਪਾਣਾ ਬਹੁਤ ਮੁਸ਼ਕਲ ਸੀ ਹਾਂਜੀ ਹਾਂਜੀ ਸ੍ਰੀਤਾਜ ਜੀ ਜਲੰਧਰ ਨੂੰ ਹੈੱਡ ਕੁਆਟਰ ਬਣਾਇਆ ਗਿਆ ਸੀਗਾ ਹੂੰ ਔਰ ਜਿਹੜਾ ਕੰਮ ਚੱਲਿਆ ਇਹ 24 ਘੰਟੇ ਚੱਲਿਆ ਤਿੰਨ ਸ਼ਿਫਟਾਂ ਦੇ ਵਿੱਚ ਪਟਵਾਰੀ ਕੰਮ ਕਰਦੇ ਸੀਗੇ ਹਮ 8-8 ਘੰਟੇ ਦੀਆਂ ਤਿੰਨ ਸ਼ਿਫਟਾਂ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਹਮ ਤੇ ਤਾਂ ਇਹ ਕੰਮ ਨੇਪਰੇ ਚੜਿਆ ਔਰ ਬੜੀ ਇਮਾਨਦਾਰੀ ਨਾਲ ਕੰਮ ਹੋਇਆ ਬੜਾ ਵੱਡਾ ਔਖਾ ਕੰਮ ਸੀਗਾ ਤੇ ਇਹ ਕੰਮ ਫਿਰ ਮਹਿੰਦਰ ਸਿੰਘ ਰੰਧਾਵੇ ਵਰਗੇ ਬੰਦੇ ਕਰ ਸਕਦੇ ਸੀਗੇ ਜੀ हां ਇਮਾਨਦਾਰ ਬੰਦੇ ਤੇ ਪੈਰੋਨਾਂ ਉਹ ਬੰਦੇ ਕਿੱਦਾਂ ਲੱਭੇ ਜੀ ਜਿਹੜੇ ਅੱਗੇ ਚੱਲ ਗਏ ਸੀ ਜਿਨ੍ਹਾਂ ਨੂੰ ਇਹ ਪਤਾ ਨਹੀਂ ਸੀਗਾ ਕਿ ਪੰਜਾਬ ਦੇ ਵਿੱਚ ਸਾਡਾ ਸਰ ਜਊਗਾ ਕਈ ਕਰਨਾਲ ਨੂੰ ਚੱਲ ਗਏ ਕਈ ਦਿੱਲੀ ਨੂੰ ਚੱਲ ਗਏ ਉਹ ਫਿਰ ਕਿੱਦਾਂ ਇੱਥੇ ਤਾਂ ਪਟਵਾਰੀਆਂ ਨੇ ਚਲੋ ਪਿੰਡ-ਪਿੰਡ ਪੁੱਛ ਲਿਆ ਨਾ ਕਿ ਇੱਥੇ ਕਿਹੜੇ ਬੰਦੇ ਆਏ ਜੀ ਇੱਥੇ ਕਿਹੜੇ ਬੰਦੇ ਆਏ ਪਰ ਜਿਹੜੇ ਅੱਗੇ ਚੱਲ ਗਏ ਸੀ ਉਹ ਕਿੱਦਾਂ ਗਏ ਤੇ ਇੱਕ ਮੈਨੂੰ ਇਹ ਦੱਸਿਓ ਕਿ ਜਿਹੜੇ ਉਧਰੋਂ ਆ ਕੇ ਇੱਥੇ ਕਿਸੇ ਵੀ ਪਿੰਡ 'ਚ ਬੈਠੇ ਆ ਉਹ ਕਿਹੜੇ ਹਿਸਾਬ ਨਾਲ ਬੈਠੇ ਜਿਹੜੇ ਇਧਰੋਂ ਨਹੀਂ ਗਏ ਹੋਏ ਸੀ ਐਕਚੁਅਲੀ ਨਾ ਜਿਹੜੇ ਉਧਰ ਜ਼ਿਲੇ ਸੀ ਸਾਡੇ ਹਾਂ ਜੀ ਉਹਨਾਂ ਦੇ ਹਿਸਾਬ ਨਾਲ ਇੱਧਰ ਜ਼ਿਲ੍ਹੇ ਅਲਾਟ ਹੋਏ ਜੀ ਅੱਛਾ ਜੀ ਜਿਹੜੇ ਪਰਮਾਨੈਂਟ ਹੋਏ ਹੋ ਹਾਂ ਪੱਕਾ ਪੱਕਾ ਜਿੱਦਾਂ ਸ਼ੇਖੂਪੁਰੇ ਨੂੰ ਕਰਨਾਲ ਹੋ ਗਿਆ ਹੁਸ਼ਿਆਰਪੁਰ ਨੂੰ ਆਪਣੇ ਗੁਰਦਾਸਪੁਰ ਨੂੰ ਹੁਸ਼ਿਆਰਪੁਰ ਤੇ ਗੁਰਦਾਸਪੁਰ ਹੋ ਗਿਆ ਜਿਹੜੀ ਸ਼ੁਰੂ ਕਿਉਂਕਿ ਉਦੋਂ ਪੰਜਾਬ ਵੰਡਿਆ ਨਹੀਂ ਸੀ ਗਿਆ ਇਹ ਤਾਂ 1 ਨਵੰਬਰ ਨੂੰ 1966 ਤੋਂ ਬਾਅਦ ਵੰਡਿਆ ਗਿਆ ਹਰਿਆਣਾ ਦੇ ਵਿੱਚ ਸੀਗਾ ਅਮਾਚਲ ਵੀ ਥੋੜਾ ਜਿਹਾ ਵਿਚ ਸਗਾ ਸੋ ਇਸ ਕਰਕੇ ਕਿ ਉਦੋਂ ਇਹਨਾਂ ਦੀ ਸੈਟਲਮੈਂਟ ਜ਼ਿਲ੍ਹਿਆਂ ਦੇ ਹਿਸਾਬ ਨਾਲ ਕੀਤੀ ਗਈ ਇਸ ਤਰ੍ਹਾਂ ਨਾਲ ਕਿ ਜਦੋਂ ਤੁਸੀਂ ਤੁਹਾਨੂੰ ਇੱਕ ਜ਼ਿਲ੍ਹਾ ਮਿਲ ਜਾ ਜਿੱਦਾਂ ਮੰਨ ਲਓ ਮੈਂ ਸ਼ੇਖੂਪੁਰ ਦੇ ਇੱਕ ਪਿੰਡ ਤੋਂ ਆਇਆ ਤਾਂ ਜਿਵੇਂ ਕਾਰ ਕਾਰੋ ਕੀ ਤੋਂ ਆਇਆ ਫਿਰ ਮੈਨੂੰ ਪਤਾ ਹੀ ਆ ਮੈਂ ਕਰਨਾਲ ਹੈੱਡਕ quart ਤੇ ਜਾ ਕੇ ਰਿਪੋਰਟ ਕਰਨੀ ਆ ਹਾਂ ਇਹ ਮੈਂ ਗੱਲ ਕਹਿ ਦਿੰਦਾ ਵੀ ਇਹਦੇ ਵਿੱਚ ਵੀ ਸੰਚਾਰ ਜੀ ਬੰਦੇ ਰੋਲ ਦੇ ਰਹੇ ਇਧਰੋਂ ਉਧਰ ਜਾਂਦੇ ਰਹੇ ਕਿਉਂਕਿ ਸੰਚਾਰ ਦੇ ਸਾਧਨ ਨਹੀਂ ਸੀਗੇ ਵਿਚਾਰਿਆਂ ਨੇ ਉਵੇਂ ਉੱਜੜ ਕੇ ਉਧਰ ਇਹਨੂੰ ਇਹ ਸਾਰੇ ਕੁਝ ਨੂੰ 4 5 6 ਸਾਲ ਲੱਗ ਗਏ ਔਰ ਇੱਕ ਹੋਰ ਦੁੱਖ ਦੀ ਗੱਲ ਕਹਿੰਦਾ ਇੰਨੇ ਵਧੀਆ ਪ੍ਰਬੰਧ ਦੇ ਬਾਵਜੂਦ ਮੈਨੂੰ ਇੱਕ ਵਾਰ ਇੱਕ ਬਜ਼ੁਰਗ ਮਿਲ ਗਿਆ ਵਡਲਾਡੇ ਦੇ ਵਿੱਚ ਤੁਰਿਆ ਜਾਂਦਾ ਤੇ ਉਹ ਕਹਿੰਦਾ ਵੀ ਸਾਨੂੰ ਅੱਜ ਤੱਕ ਜ਼ਮੀਨ ਨਹੀਂ ਮਿਲੀ ਹਾਂ ਤਾਂ ਗੱਲ ਹੋਈ ਨਾ ਹਾਂ ਐਦਾ ਵੀ ਹੋ ਗਈ ਕਿਸੇ ਨਾ ਕਿਸੇ ਨਾ ਹੋਣੀ ਸੀ ਦੇਖੋ 47 ਵਰਗੇ ਵਰਤਾਰੇ ਨੇ ਇਹ ਬਿਨਾਂ ਸ਼ੱਕ ਜਿੱਥੇ ਲੱਖਾਂ ਲੋਕਾਂ ਦੀ ਜਾਨ ਲਈ ਔਰਤਾਂ ਦੇ ਉਦਾਲੇ ਹੋਏ ਉਥੇ ਇਸ ਪદ્ધਤੇ ਵੀ ਲੋਕਾਂ ਨੂੰ ਬਹੁਤ ਰੋਲ ਆ ਹਾਂ ਆ ਮੁੜ ਕੇ ਘਰ ਬਸਾਉਣਾ ਬੜਾ ਔਖਾ ਤੁਸੀਂ ਸੇਤੇ ਰੱਖ ਕੇ ਘਰ ਨਹੀਂ ਲਿਆ ਸਕਦੇ ਨਾ ਗੱਡੇ ਦੇ ਰੱਖ ਕੇ ਲਿਆ ਸਕਦੇ ਆ ਸੋਏ ਵਕਤ ਲੱਗਾ ਜੀ ਔਰ ਹੁਣ ਤੱਕ ਕਈ ਲੋਕਾਂ ਦੇ ਅਥਰੂ ਨਹੀਂ ਸੁੱਕੇ ਨਹੀਂ ਜੀ ਹਾਲ ਹਾਲੇ ਤੱਕ ਬਸੇ ਨਹੀਂ ਦੀ ਕਈ ਲੋਕ ਕਿਉਂਕਿ ਇਦਾਂ ਤੇ ਸਗਾ ਨਹੀਂ ਨਾ ਚਿੱਠੀ ਆ ਗਈ ਜੀ ਕਿ ਤੁਹਾਨੂੰ ਮੂਵ ਹੋਣਾ ਪੈਣਾ ਜੇ ਇਦਾਂ ਚਿੱਠੀਆਂ ਆਣੀਆਂ ਫਿਰ ਤਾਂ ਠੀਕ ਸਗਾ ਚੱਕ ਲੋ ਰੱਖ ਲੋ ਤਾਂ ਹੋ ਗਿਆ ਜੀ ਰਾਤਾਂ ਨੂੰ ਲੋਕਾਂ ਨੂੰ ਨਿਕਲਣਾ ਪਿਆ ਪਤਾ ਲੱਗਾ ਨਹੀਂ ਟ੍ਰੇਨ ਕਿੱਥੋਂ ਮਿਲਣੀ ਆ ਗੱਡਾ ਕਿੱਥੇ ਜਾਣਾ ਜਾਨਕਿ 9:30 ਤਾਂ ਪਹਿ ਗਈ ਸੀ ਉਹਦੇ ਵਿੱਚ ਕੀ ਪਤਾ ਮੈਂ ਕਰਨਾਲ ਜਾਣਾ ਕਿ ਮੈਂ ਦਿੱਲੀ ਜਾਣਾ ਕਿ ਮੈਂ ਹਿਸ਼ਾਰ ਪਰ ਜਾਣਾ ਹਾਂ ਜੀ ਚਲੋ ਆਜ਼ਾਦੀ ਵੀ ਮੰਨ ਲੈਨੇ ਆ ਤੇ ਹਿਜਰਤ ਵੀ ਮੰਨ ਲੈਨੇ ਆ ਪਾਕਿਸਤਾਨ ਬਣ ਗਿਆ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਇੰਤਜ਼ਾਮ ਹੋਇਆ ਨਾ ਜੀ ਉਹ ਬਹੁਤ ਬਹੁਤ ਬੁਰਾ ਹੋਇਆ ਹਮ ਜਿਹੜਾ ਕੰਮ ਜਿਹੜੇ ਕੰਮ ਨੂੰ ਤੋ 3-4 ਸਾਲ ਚਾਹੀਦੇ ਸੀ ਹੂੰ ਉਹ ਕੰਮ ਕੁਝ ਮਹੀਨਿਆਂ ਦੇ ਵਿੱਚ ਕੀਤਾ ਗਿਆ ਹੂੰ ਤੇ ਅਸੀਂ ਇਹੀ ਕੰਮ ਜਿੱਦਾਂ ਇੱਕ ਜ਼ਿਲ੍ਹੇ ਤੋਂ ਚੁੱਕ ਕੇ ਦੂਜੇ ਜ਼ਿਲ੍ਹੇ ਤੱਕ ਬੰਦੇ ਜਿਹੜੇ ਲਿਆਂਦੇ ਆ ਇਧਰੋਂ ਉਧਰ ਗਏ ਤੇ ਉਹ ਇਧਰੋਂ ਉਧਰ ਗਏ ਇਹ ਇਹ ਕੰਮ ਇਹ ਕੰਮ ਬਹੁਤ ਸਹਿਜਤਾ ਨਾਲ ਵੀ ਹੋ ਸਕਦਾ ਸੀ ਪਰ ਜਦੋਂ ਇਧਰ ਦੇ ਕੰਮ ਹੁੰਦੇ ਆ ਫਿਰ ਲੋਕਾਂ ਦਾ ਸਬਰ ਜਵਾਬ ਦੇ ਜਾਂਦਾ ਫਿਰ ਬੰਦੇ ਕੋਲ ਹੋਰ ਤਰ੍ਹਾਂ ਦੀਆਂ ਭਾਵਨਾਵਾਂ ਉੱਠ ਆਉਂਦੀਆਂ ਹਾਂਜੀ ਹਾਂ ਇਹ 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 ਕੰਮ ਨੂੰ ਜਿਹੜਾ ਕਰਨਾ ਹੀ ਬੜਾ ਔਖਾ ਸੀਗਾ ਜੀ ਔਖਾ 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 ਜੀ ਉਸ ਵੇਲੇ ਨਾਲੇ ਇਦਾਂ ਨਹੀਂ ਨਾ ਹੁੰਦਾ ਜੇ ਤੁਸੀਂ ਹੁਣ ਦੇਖੋ ਕਹਿਣਾ ਅੱਛਾ ਜੀ 55 ਸਾਲਾਂ ਵਿੱਚ ਸਾਰਿਆਂ ਦਾ ਬੇਸੇਵਾ ਹੋ ਗਿਆ ਪਰ ਚੱਕਰ ਇਹ ਹੈ ਕਿ ਜਿਹੜਾ ਜੇ ਸਮਾਂ ਆ ਇਹ ਬੜੀ ਵੱਖਰੀ ਚੀਜ਼ ਆ ਜੀ ਜਦੋਂ ਬੰਦੇ ਦੇ ਸਿਰ ਤੇ ਭਾਰੀ ਹੁੰਦੀ ਉਦੋਂ ਦਿਨ ਨਹੀਂ ਬੀਤਦਾ ਉਹਦੇ ਲਈ ਤਾਂ ਸਾਲਾ ਹੀ ਬਹੁਤ ਬੜੀ ਚੀਜ਼ ਆ ਹਾਂ ਸਤਾਰ ਜੀ ਕਈ ਲੋਕ ਤੇ ਜਦੋਂ ਸਾਹੀਵਾਲ ਮਿੰਡਗੁਮਰੀ ਵਗੈਰਾ ਦੇ ਵਿੱਚ ਲੋਕ ਗਏ ਸੀ ਉਹਨਾਂ ਤੇ ਤਾਂ ਹੱਲ ਗਿਆ ਗਿਆ ਨੂੰ 10 20 ਸਾਲ ਹੀ ਹੋਏ ਸੀ ਹੂੰ ਪਾਰਟੀਸ਼ਨ ਹੋ ਗਈ ਕਿਉਂਕਿ ਜਿਹੜੀਆਂ ਨੈਰਾ ਕੱਡੀਆਂ ਸੀਗੀਆਂ ਅੰਗਰੇਜ਼ਾਂ ਨੇ ਜਿਹੜੀ ਇੱਧਰ ਸਾਡਾ ਜਿਹੜਾ ਜਿਹਨੂੰ ਅਸੀਂ ਸੈਂਟਰਲ ਪੰਜਾਬ ਕਹਿੰਨੇ ਆ ਅੰਮ੍ਰਿਤਸਰ ਗੁਰਦਾਸਪੁਰ ਉਹਦੇ ਵਿੱਚ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਸਾਰੀ ਸੀਗੇ ਸਾਡਾ ਵੀ ਬਸੋਂ ਬੜੀ ਸੰਘਣੀ ਹੋ ਗਈ ਸੀ ਤੇ ਇਸ ਬਸੋਂ ਨੂੰ ਥੋੜਾ ਜਿਹਾ ਬਿਰਲਾ ਵੀ ਕਰਨਾ ਸੀ ਦੂਜਾ ਇੱਕ ਅਨਾਜ ਦੀ ਵੀ ਕਮੀ ਸੀ ਤੀਜਾ ਜਿਹੜਾ ਇੱਕ ਡਰ ਹੁੰਦਾ ਨਾ ਜੀ ਕਿ ਜਦੋਂ ਕੋਈ ਭੁੱਖਾ ਮਰੂਗਾ ਜਾਂ ਕੋਈ ਐਜੀਟੇਸ਼ਨ ਦਾ ਉਹਨੂੰ ਵੀ ਥੋੜਾ ਜਿਹਾ ਸੋਲਵ ਕਰਨਾ ਸੀ ਜਿਹੜੇ ਸੇਵਾਦਾਰ ਸੀ ਅੰਗਰੇਜ਼ਾਂ ਦੇ ਉਹਨਾਂ ਨੂੰ ਵੀ ਬਠੇ ਕਰਨਾ ਜੀ ਕਈ ਕਾਰਨ ਸਿਗਾ ਕਿ ਇਹ ਕੁਦਰਤੀ ਤੁਸੀਂ ਗੱਲ ਸ਼ੁਰੂ ਕਰ ਲੇ ਜੀ ਮੈਂ ਤੁਹਾਨੂੰ ਇਹ ਪੁੱਛਣੀ ਸੀਗੀ ਗੱਲ ਕਿ ਜਿੱਦਾਂ ਤੁਸੀਂ ਹੁਣੇ ਕਿਹਾ ਵੀ ਕਈ ਬੰਦੇ ਤਾਂ ਹਲੇ 20 ਸਾਲ ਹੀ ਹੋਇਆ ਸਿਗਾ ਉਧਰ ਗਏ ਸੀ ਜੀ 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 ਤੇ ਉਹ ਜਿਹੜੀਆਂ ਨਹਿਰਾਂ ਕੱਢੀਆਂ ਤੇ ਨਹਿਰਾਂ ਦੇ ਨਾਲ ਇੱਕ ਉਹ ਵੀ ਜਿਹੜੇ ਚੱਕਾਂ ਦੇ ਨੰਬਰ ਲੱਗੇ ਹਾਂਜੀ ਤੇ ਆ ਜੀ ਚੱਕ ਨੰਬਰ ਤੇ ਚੱਕ ਨੰਬਰ ਦੇ ਨਾਂ ਤੋਂ ਪਤਾ ਲੱਗ ਜਾਂਦਾ ਸੀ ਕਿ ਕਿਹੜੀ ਨਹਿਰ ਦੀ ਕਿਹੜੀ ਜਣ ਕੇ ਗਾਂ ਸ਼ਾਖਾ ਦੇ ਉੱਤੇ ਪਿੰਡ ਵਸਿਆ ਹੋਇਆ ਉਹ ਉਹ ਅਲਾਟਮੈਂਟਾਂ ਪਹਿਲਾਂ ਕਿੱਦਾਂ ਹੋਈਆਂ ਕਿ ਉਹ ਗੋਰਿਆਂ ਨੇ ਜਿਹੜੇ ਦਿੱਤੀਆਂ ਜ਼ਮੀਨਾਂ ਉਹ ਕਿਹਨੂੰ ਦਿੱਤੀਆਂ ਉਹਨਾਂ ਨੇ ਇਹ ਇਸ ਤਰ੍ਹਾਂ ਹੋਈ ਜੀ ਕਿ ਪਹਿਲਾਂ ਤੇ ਸਭ ਤੋਂ ਪਹਿਲਾਂ ਉਹ ਤੋਂ ਉਹਨਾਂ ਨੇ ਬੜੀ ਦੇਰ ਸਰਵੇ ਕੀਤਾ ਹੂੰ ਬਕਾਇਦਾ ਲੈਵਲ ਦੇਖਿਆ ਵੀ ਕਿਹੜੇ ਦਰਿਆ 'ਚੋਂ ਨਹਿਰ ਕਿਸ ਪਾਸੇ ਨੂੰ ਕੱਢੀ ਜਾ ਸਕਦੀ ਹਾਂਜੀ 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 ਫਿਰ ਉਸ ਤੋਂ ਬਾਅਦ ਉਹਨਾਂ ਨੇ ਅ ਤਕਰੀਬਨ 1886 ਤੋਂ ਇਹ ਪ੍ਰਕਿਰਿਆ ਸ਼ੁਰੂ ਹੋਈ ਹਾਂਜੀ ਸਭ ਤੋਂ ਪਹਿਲਾਂ ਤੇ ਮੁਲਤਾਨ ਦੀ ਜਿਹੜੀ ਵਾਰ ਆ ਉਹ ਬਸਾਈ ਗਈ ਹੂੰ ਉਹਦੇ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜੀ ਕਿ دریاਵਾਵਾਂ ਚੋਂ ਨਹਿਰਾਂ ਕੱਢੀਆਂ ਨਹਿਰਾਂ ਚੋਂ ਅੱਗੇ ਫਿਰ ਜਿਹੜੀਆਂ ਅੱਗੇ ਖਾਲੀ ਵਗੈਰਾ ਖਸੂਏ ਕੱਢੇ ਹਨਾ ਜੀ ਫਿਰ ਜਵਾਹੇ ਕੱਢੇ ਅੱਛਾ ਜਿਹੜੀ ਨੰਬਰਿੰਗ ਨੰਬਰਿੰਗ ਇਦਾਂ ਕੀਤੀ ਜਿੱਦਾਂ ਹੁਣ ਜੀਵੀ ਆ ਜੀਵੀ ਜਿੱਦਾਂ 18 ਜੀਵੀ ਆ ਉਹਦਾ ਮਤਲਬ 18 ਗੁਗੇਰਾ ਬ੍ਰਾਂਚ ਆ ਹਾਂ ਜੀ ਫਿਰ ਜਾਂ ਚੰਗ ਬ੍ਰਾਂਚ ਦਾ ਉਹ ਪਿੰਡ ਆ 18 ਨੰਬਰ ਦਾ ਮਤਲਬ ਉਹ ਥਾ 48ਵੀਂ ਜਗ੍ਹਾ ਜਾ ਕੇ ਉਹ ਪਿੰਡ ਆ ਹਨਾ ਜੀ ਹਾਂ ਕੋਈ ਜਿੱਦਾਂ ਮਤਲਬ 15 14 ਐਲ 14 ਲੈ ਕੇ ਰਜਵਾਹਾ ਆ ਤੇ 15ਵਾਂ ਨੰਬਰ ਜਿਹੜਾ ਚੱਕ ਆ ਹਾਂ ਇਹਦੇ ਵਿੱਚ ਹੋਰ ਇੱਕ ਇੰਟਰਸਟਿੰਗ ਗੱਲ ਹੋ ਗਈ ਆਪਣੇ ਸੰਤਾਰਜ ਜੀ ਕਿ ਜਿੱਦਾਂ ਮਤਲਬ ਇੱਕ ਚੱਕ ਦੇ ਵਿੱਚ ਇਹ ਇਧਰੋਂ ਤਿੰਨ ਚ ਚਾਰ ਪਿੰਡਾਂ ਦੇ ਬੰਦੇ ਗਏ ਆ ਹੂੰ ਤੇ ਉਹਦੇ ਵਿੱਚੋਂ ਜਿਨ੍ਹਾਂ ਦੀ ਗਿਣਤੀ ਜ਼ਿਆਦਾ ਆ ਜਿਨ੍ਹਾਂ ਦੇ ਕੋਈ ਲੰਬੜਦਾਰ ਜ਼ਿਆਦਾ ਆ ਜਿਨ੍ਹਾਂ ਦਾ ਟਾਹ ਟੱਪਾ ਜ਼ਿਆਦਾ ਆ ਉਹਨਾਂ ਨੇ ਉਸ ਚੱਕ ਦੇ ਨਾਲ ਆਪਣੇ ਪਿੰਡ ਦਾ ਨਾਮ ਜੋੜ ਲਿਆ ਆਹੋ ਇਦਾਂ ਹੋਇਆ ਹਾਂਜੀ ਇਦਾਂ ਬਹੁਤ ਫਿਰ ਜਿੱਦਾਂ ਹੁਣ ਸਹਲੇ ਕੋਲ ਪਿੰਡ ਆ ਇੱਥੇ ਪੈਂਸਰਾ ਹਾਂਜੀ ਇੱਥੇ ਪੈਂਸਰਾ ਛੋੜਾ ਜਾਂ ਪਿੰਡ ਆ ਲਾਇਲਪੁਰ ਦੇ ਵਿੱਚ ਉਹ ਵੱਡਾ ਕਸਬਾ ਬਣ ਗਿਆ ਉਹ ਸਿੱਕੇ ਤਾਂ ਇੱਥੋਂ ਦੇ ਲੋਕ ਗਏ ਨਾ ਜੀ ਹਾਂਜੀ ਹਾਂ ਇਸ ਤਨਾ ਉਹ ਬੜੇ ਸਾਰੇ ਪਿੰਡ ਉਧਰ ਆ ਬਾਬਾ ਬਕਾਲਾ ਵੀ ਉਧਰ ਆ ਹਨਾ ਜੀ ਛੋਲਾ ਵੀ ਉਧਰ ਆ ਸਾਰੇ ਪਿੰਡ ਉਧਰ ਆ ਹਨਾ ਜੀ ਜਿਹੜੇ ਇੱਥੋਂ ਬੰਦੇ ਗਏ ਸੀ ਉਹਨਾਂ ਨੇ ਇਸ ਤਨਾ ਉਹ ਪਿੰਡਾਂ ਦੇ ਨਾਮ ਨਾਮਕਰਨ ਕੀਤਾ ਜੀ ਕੀਤਾ ਹਾਂ ਤੇ ਉਹ ਉਹ ਜ਼ਮੀਨਾਂ ਮੈਂ ਕਿਹਾ ਪਹਿਲਾਂ ਸਰਕਾਰ ਨੇ ਜਦੋਂ ਵੇਚੀਆਂ ਲੋਕਾਂ ਨੂੰ ਸਰਕਾਰ ਨੇ ਵੇਚੀਆਂ ਹੋਣੀਆਂ ਕਿ ਕਿਦਾਂ ਦਿੱਤੀਆਂ ਸੀਗੀ ਇਹ ਕਈ ਟੰਗਾਨਾ ਦਿੱਤੀਆਂ ਜੀ ਹੂੰ ਪਹਿਲਾਂ ਤੇ ਉਹਨਾਂ ਨੇ ਅ ਇੰਗਲੈਂਡ ਦੇ ਵਿੱਚੋਂ ਹੀ ਆਪਣੀ ਇਨਵੈਸਟਰ ਲੱਭੇ ਉਹਨਾਂ ਨੂੰ ਬੌਂਡਸ ਵਗੈਰਾ ਹਨਾ ਜੀ ਦਿੱਤੇ ਪਹਿਲਾਂ ਉਹਨਾਂ ਨੂੰ ਲੋਨ ਉਹਨਾਂ ਨੇ ਆ ਕੇ ਇੱਥੇ ਆ ਪਹਿਲਾਂ ਉਹਨਾਂ ਨੂੰ ਜਿੰਦਾ ਕਹਿ ਲਓ ਵੀ ਇਨਵੈਸਟਮੈਂਟ ਲਈ ਉਹਨਾਂ ਨੂੰ ਆਕਸਾਇਆ ਉਹਨਾਂ ਨੇ ਫਿਰ ਗਾਂ ਫਿਰ ਮਤਲਬ ਕਈਆਂ ਨੂੰ ਇਹ ਰੈਂਟ ਰੈਂਟਲ ਟਾਈਪ ਵੀ ਜ਼ਮੀਨਾਂ ਦਿੱਤੀਆਂ ਕੁਝ ਹਲਕੀਆਂ ਕਿਸ਼ਤਾਂ ਦੇ ਦਿੱਤੀਆਂ ਹਨਾ ਜੀ ਹੂੰ ਹਾਂ ਜੀ ਪਰ ਇੱਕ ਚੀਜ਼ ਬੜੀ ਇੰਟਰਸਟਿੰਗ ਸੀਗੀ ਅੰਗਰੇਜ਼ਾਂ ਦੀ ਉਹ ਹੱਥ ਦੇ ਕੇ ਜ਼ਮੀਨ ਦੰਦੇ ਸੀਗੇ ਹੂੰ ਜਿਹੜੇ ਤਾਂ ਉਹਨਾਂ ਨੇ ਇਨਾਮ ਵਜੋਂ ਦੇ ਦਿੱਤੀਆਂ ਚਾਹੇ ਉਹ ਜ਼ੈਲਦਾਰਾਂ ਨੂੰ ਦਿੱਤੀਆਂ ਤੇ ਚਾਹੇ ਆਪਣੇ ਜਸੂਸਾਂ ਨੂੰ ਦਿੱਤੀਆਂ ਤੇ ਚਾਹੇ ਗਦਾਰਾਂ ਨੂੰ ਦਿੱਤੀਆਂ ਉਹਨਾਂ ਦੀ ਤਾਂ ਆਪਾਂ ਗੱਲ ਛੱਡ ਲਈਏ ਉਸ ਤੋਂ ਬਾਅਦ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਲੜੇ ਸੀਗੇ ਬੇਗਾਨੀਆਂ ਧਰਤੀਆਂ ਤੇ ਉਹਨਾਂ ਨੂੰ ਵੀ ਦਿੱਤੀਆਂ ਤੇ ਜਿਹੜੀ ਆਮ ਕਿਸਾਨ ਨੂੰ ਉਹ ਜ਼ਮੀਨ ਦੰਦੇ ਸੀ ਉਹ ਹੱਥਾਂ ਦੇ ਰੱਟਣ ਵੇਖ ਕੇ ਦੰਦੇ ਸੀ ਹੂੰ ਉਹ ਜਿੱਦਾਂ ਇੱਕ ਬਜ਼ੁਰਗ ਮੈਨੂੰ ਮਿਲਿਆ ਉਹ ਬਜ਼ੁਰਗ ਨੇ ਗੱਲ ਕੀਤੀ ਕਹਿੰਦਾ ਵੀ ਉਹ ਸਾਡੇ ਨਾ ਇੱਕ ਰਿਸ਼ਤੇਦਾਰ ਸੀਗਾ ਉਹ ਕਹਿੰਦਾ ਉਹਦੇ ਹੱਥ ਉੱਤੇ ਕੰਮ ਕੋਈ ਨਹੀਂ ਸੀ ਉਹਨੇ ਕੀਤਾ ਹੂੰ ਜਦੋਂ ਕਹਿੰਦਾ ਉਹਦਾ ਹੱਥ ਵੇਖਿਆ ਉਸ ਅੰਗਰੇਜ਼ ਅਫਸਰ ਨੇ ਉਹ ਕਹਿੰਦਾ ਤੈਨੂੰ ਜ਼ਮੀਨ ਨਹੀਂ ਮਿਲ ਸਕਦੀ ਤੂੰ ਤਾਂ ਕੰਮ ਹੀ ਨਹੀਂ ਕੀਤਾ ਉਹਨੇ ਕਹਿੰਦਾ ਮਿਹਨਤਾਂ ਵਾਲਾ ਕੀਤਾ ਤੇ ਉਹਨੇ 2 ਮਰਬੇ ਲੈ ਲੈ ਕਹਿੰਦਾ ਸਾਡੀ ਕਿਸਮਤ ਵਾੜੀ ਮਾੜੀ ਕਹਿੰਦਾ ਸਾਡੇ ਤਾਂ ਬੁੜੇ ਦੇ ਹੱਥਾਂ ਦੇ ਰੱਟਣ ਹੀ ਬਹੁਤ ਸੀਗੇ ਉਹ ਚਾਰ ਮਿਲ ਜਾਣੇ ਸੀ ਕਹਿੰਦਾ ਗਿਆ ਹੀ ਨਹੀਂ ਇਹ ਗਿਆ ਹੀ ਨਹੀਂ ਸੋ ਉਹ ਇੱਕ ਰੱਟਣ ਰੱਟਣ ਹੋਣ ਦੇ ਬਾਵਜੂਦ ਵੀ ਜਿਹੜੀਆਂ ਜ਼ਮੀਨਾਂ ਨਹੀਂ ਮਿਲੀਆਂ ਉਹਨਾਂ ਦਾ ਪੁਸ਼ਤਾਵਾ ਵੀ ਹੁਣ ਤੱਕ ਚੱਲਦਾ ਉਹ ਹੌਕਾ ਹਾਲੇ ਜੂੰਦਾ ਸਹਿਕਦਾ ਇਸ ਜ਼ਮੀਨ ਮਤਲਬ ਇਸ ਹਵਾ ਦੇ ਵਿੱਚ ਇਸ ਤਰ੍ਹਾਂ ਉਹ ਜ਼ਮੀਨਾਂ ਦੀ ਅਲਾਟਮੈਂਟ ਹੋਈ ਜੀ ਪਰ ਉਹ ਪ੍ਰਬੰਧ ਉਹ ਕਨਾਲ ਸਿਸਟਮ ਦਾ ਜਿਹੜਾ ਪ੍ਰਬੰਧ ਆ ਵੇ ਸਿਰ ਝੁਕਦਾ ਅੰਗਰੇਜ਼ਾਂ ਦੇ ਮੂਰੇ ਹੁਣ ਵੀ ਉਹ ਸਿਸਟਮ ਉਧਰ ਚੱਲੇ ਰਿਹਾ ਚੱਲ ਰਿਹਾ ਹਾਂਜੀ ਚੱਲ ਰਿਹਾ ਪਾਣੀ ਭਾਵੇਂ ਘਟ ਗਏ ਆ ਹਾਂਜੀ ਪਰ ਫਿਰ ਵੀ ਉਹ ਚੱਲ ਰਿਹਾ ਚੱਲ ਰਿਹਾ ਨਹੀਂ ਮੈਂ ਨਾ ਜੀ ਦੇਖੋ ਪ੍ਰਾਣੀਆਂ ਜਦੋਂ ਆਪਾਂ ਸੱਭਿਆਤਾ ਵਾਲੀਆਂ ਗੱਲਾਂ ਪੁੱਛ ਪੜਦੇ ਆ ਜਿਹੜੀ ਮਾਂਇਨ ਸੱਭਿਤਾ ਸੀਗੀ ਨਾ ਇੱਥੇ ਆਪਣੇ ਨਾਰਥ ਅਮਰੀਕਾ ਦੇ ਵਿੱਚ ਤੇ ਕੁਝ ਥੋੜੀ ਜਿਹੀ ਸਾਊਥ ਅਮਰੀਕਾ ਦੇ ਵਿੱਚ ਜਿੱਥੇ ਮੈਕਸੀਕੋ ਆ ਹੁਣ ਜੀ ਜੀ ਤੇ ਉਹਨਾਂ ਨੇ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਨਹਿਰਾਂ ਕੱਢੀਆਂ ਸੀਗੀਆਂ ਨਹਿਰਾਂ ਦੇ ਨਾਲ ਉਹ ਪਾਣੀ ਲਾਦੇ ਸੀ ਸੂਏ ਸੀਗੇ ਤੇ ਹੋਰ ਕਈ ਥਾਂ ਆਪਾਂ ਪੜ੍ਹਦੇ ਆ ਜੀ ਫਲਾਨੇ ਥਾਂ ਐਂਦਾ ਕਰ ਦਿੱਤਾ ਫਲੋਰਿਡਾ ਦੇ ਵਿੱਚ ਜਦੋਂ ਇਹਨੇ ਫਲੋਰਿਡਾ ਨੂੰ ਬਸਾਇਆ ਇਹਨੇ ਨਹਿਰਾਂ ਕੱਢ ਕੱਢ ਕੇ ਉਹਨੂੰ ਪਾਣੀ ਨੂੰ ਡਰੇਨ ਕਰਕੇ ਉਹ ਤਾਂ ਤੇ ਸ਼ਹਿਰ ਬਸਾ ਦਿੱਤੇ ਤੇ ਅਸੀਂ ਸੋਚਦੇ ਪਤਾ ਨਹੀਂ ਇਹ ਬੜੇ ਦੂਰ ਦੂਰ ਦੇ ਦੇਸ਼ਾਂ ਦੀਆਂ ਗੱਲਾਂ ਪਰ ਸਾਡੇ ਪੰਜਾਬ ਦੇ ਵਿੱਚ ਹੀ ਐਡਾ بڑا ਕੰਮ ਹੋਇਆ ਤੇ ਉਹ ਤਾਂ ਇਦਾਂ ਦਰਖਤ ਦੀਆਂ ਟਾਹਣੀਆਂ ਵਾਂਗ ਸਾਰੇ ਪੰਜਾਬ 'ਚ ਫੈਲੇ ਹੋਏ ਸੀ ਬਹੁਤ بڑا ਪ੍ਰੋਜੈਕਟ ਸੀ ਜੀ 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 ਜਿਹੜੀ ਉਧਰਲੀ ਜ਼ਮੀਨ ਸੀਗੀ ਉਹਦੀ ਵੈਲਿਊ ਤਾਂ ਜ਼ਿਆਦਾ ਹੋਣੀ ਆਣੇ ਦੇ ਹਿਸਾਬ ਨਾਲ ਫੇਉ ਉਹ ਵੱਧ ਨਹੀਂ ਮਿਲਣੀਆਂ ਚਾਹੀਦੀਆਂ ਉਹਨਾਂ ਨੂੰ ਜ਼ਮੀਨਾਂ ਉਧਰ ਜ਼ਮੀਨ ਵੀ ਜ਼ਿਆਦੇ ਸੀ ਤੇ ਉਧਰ ਉਸ ਜ਼ਮੀਨ ਦੀ ਕਈ ਜ਼ਮੀਨਾਂ ਦੇ ਉਧਰ ਮੁੱਲ ਵੀ ਜ਼ਿਆਦੇ ਸੀ ਕਿਉਂਕਿ ਸਾਡੀ ਹੁਸ਼ਿਆਰਪੁਰ ਵਾਲਦੀ ਜ਼ਮੀਨ ਤਾਂ ਬਹੁਤੀ ਮਾਰੂ ਸੀ ਹਾਂਜੀ ਜੀ ਐਕਚੁਅਲੀ ਨਾ ਉਹ ਗੱਲ ਇਸ ਤਰ੍ਹਾਂ ਬਣੀ ਜੀ ਕਿ ਜਿਹੜੀ ਮੁਸਲਮਾਨ ਆਬਾਦੀ ਸੀਗੀ ਇੱਧਰ ਹਾਂਜੀ ਤੁਸੀਂ ਇਹ ਸੋਚ ਕੇ ਦੇਖੋਗੇ ਗੱਲ ਪੰਜਾਬ ਦੀ ਨਹੀਂ ਜਿਹੜੀ ਉਧਰ ਮੁਸਲਮਾਨ ਗਏ ਆ ਹੂੰ ਉਹ ਯੂਪੀ ਵਿਹਾਰ ਬੰਗਾਲ ਤੋਂ ਵੀ ਗਏ ਆ ਅੱਛਾ ਜੀ ਹਰਿਆਣੇ ਹਰਿਆਣੇ ਤੋਂ ਵੀ ਗਏ ਆ ਦਿੱਲੀ ਤੋਂ ਵੀ ਗਏ ਆ ਉਹਨਾਂ ਦੀ ਆਬਾਦੀ ਬਹੁਤ ਸੀਗੀ अच्छा जी हां ਹਾਲਾ ਤੱਕ ਜਦੋਂ ਪਾਕਿਸਤਾਨ ਬਣਿਆ ਨਹੀਂ ਜੀ ਤੁਸੀਂ ਹੈਰਾਨ ਹੋਵੋਗੇ ਕੁਝ ਪਰਿਵਾਰਾਂ ਨੇ ਹਮ ਮਮਦੂਟ ਵਾਲੇ ਜਿਹੜੇ ਸਰਦਾਰ ਸੀਗੇ ਉਹਨਾਂ ਨੇ ਹਜ਼ਾਰਾਂ ਹਜ਼ਾਰਾਂ ਕਿਲੇ ਆਪਣੇ দান ਕਰ ਦਿੱਤੇ ਕੁਝ ਹੋਰ ਵੀ ਪਰਵਾਸ ਸੀਗੇ ਪਾਕਿਸਤਾਨ ਦੇ ਨਾਂ ਤੇ ਹਾਂਜੀ ਪਰ ਪਰ ਉਹ ਆਬਾਦੀ ਇੰਨੀ ਸੀਗੀ ਆਬਾਦੀ ਇੰਨੀ ਸੀਗੀ ਕਿ ਜ਼ਮੀਨਾਂ ਕਈਆਂ ਕੋਲ ਵੱਧ ਹੈ ਉੱਥੇ ਹਾਲੇ ਵੀ ਬਹੁਤ ਵੱਡੀਆਂ-ਵੱਡੀਆਂ ਜ਼ਗੀਰਾਂ ਹੈਗੀਆਂ ਲੋਕਾਂ ਕੋਲ ਤੇ ਤੇ ਬਹੁਤੀ ਬਹੁਤੀ ਆਵਾਦੀ ਗਈ ਸੀਗੀ ਗੈਰ ਕਾਸ਼ਤਕਾਰ ਹੂੰ ਤੇ ਹੁਣ ਜਿਹੜੇ ਬਜ਼ੁਰਗ ਸਾਡੇ ਨਾਲ ਦੀ ਉਧਰਲੇ ਪਿੰਡਾਂ 'ਚ ਜਾਂਦੇ ਆ ਜਿਹੜੇ ਪਿੰਡ ਉਹਨਾਂ ਦੇ ਬਜ਼ੁਰਗਾਂ ਨੇ ਬਸਾਏ ਸੀ ਚੱਕ ਹਾਂਜੀ ਉਹ ਉਹ ਇੱਕ ਗੱਲ ਬੜੀ ਕਹਿੰਦੇ ਆ ਉਹਨਾਂ ਨੂੰ ਕਹਿੰਦੇ ਵੀ ਯਾਰ ਜਿੱਦਾਂ ਤੁਸੀਂ ਇੱਧਰਲੇ ਪੰਜਾਬ 'ਚੋਂ ਪੀੜੀਆਂ ਪੀੜੀਆਂ ਗਲੀਆਂ 'ਚੋਂ ਆਏ ਸੀ ਤੁਸੀਂ ਉਦਾਂ ਦੀ ਇਹ ਰਾਹ ਬਣਾ ਲਿਆ ਕਿਉਂਕਿ ਉਹ 40 40 ਫੁੱਟ ਦੀ ਜੀ ਉਹ ਰਾਹ ਸੀਗੇ 7 7 ਫੁੱਟ ਦੇ ਰਾਹ ਸੀ ਉਹ ਉਹਨਾਂ ਨੇ ਆਪਣੇ ਜਿਹੜੇ ਘਾਰ ਆ ਕਿਉਂਕਿ ਉਹ ਵੱਧੋਂ ਜ਼ਿਆਦਾ ਸੀ ਥੋੜਾ ਜਿਹਾ ਰਸਤੇ ਵੀ ਉਹਨਾਂ ਨੇ ਘੇਰ ਲਿਆ ਹਾ ਤਾ ਰਸਤੇ ਵੀ ਕੇ ਲੈਵਕ ਨੂੰ ਬਜ਼ੁਰਗ ਦੀ ਗੱਲ ਯਾਦ ਆਉਂਦੀ ਆ ਕੰਗਰਾਈਆਂ ਦਾ ਇੱਕ ਬਜ਼ੁਰਗ ਸੀਗਾ ਹਾਂ ਕਹਿੰਦਾ ਮੇਰੇ ਬਾਪੂ ਨੇ ਉਧਰ ਕਹਿਣਾ ਵੀ ਦੇਸ ਜਾਣਾ ਦੇਸ ਜਾਣਾ ਦੇਸ ਜਾਣਾ ਹਾਂ ਸੰਗਠੀ ਸੀਆਂ ਦੀ ਸੀ ਪਿੱਛੋਂ ਹੂੰ ਕਹਿੰਦਾ ਵੀ ਇੱਕ ਵਾਰ ਮੈਂ ਆਪਣੇ ਚਾਚੇ ਨਾਲ ਫਿਰ ਦੇਸ਼ ਆਇਆ ਹੂੰ ਜਦੋਂ 10-12 ਸਾਲ ਦਾ ਸੀ ਮੈਂ ਕਹਿੰਦਾ ਮੈਂ ਆਪਣੇ ਬਾਪੂ ਨੂੰ ਜਾ ਕੇ ਕਿਹਾ ਯਾਰ ਦੇਖ ਲਿਆ ਤੇਰਾ ਦੇਸ਼ ਪੀੜੀਆਂ ਪੀੜੀਆਂ ਗਲੀਆਂ ਬਿੰਗੀਆਂ ਬਿੰਗੀਆਂ ਗਲੀਆਂ ਬੰਦੇ ਜਦੋਂ ਤੁਰਦੇ ਇੱਕ ਦੂਏ 'ਚ ਮੋਢੇ ਵੱਜਦੇ ਯਾ ਤੇਰਾ ਆ ਹੀ ਦੇਸ਼ ਆ ਹਾਂ ਹਾਂ ਸੋ ਉਧਰ ਜਾ ਕੇ ਵੀ ਜਿਹੜੀ ਸੈਟਲਮੈਂਟ ਆ ਉੱਥੇ ਵੀ ਕਈ ਲੋਕ ਹਾਲੇ ਤੱਕ ਰੁੰਦੇ ਆ ਕਈ ਗੱਲ ਕਰਦੇ ਆ ਹਾਂ ਕਿ ਉਹਨਾਂ ਦੇ ਪੈਰ ਨਹੀਂ ਲੱਗੇ ਕਿਉਂਕਿ ਉੱਥੇ ਤਾਂ ਜਾਲੀ ਜਿਹੜਿਆ ਅਲਾਟਮੈਂਟਸ ਬਹੁਤ ਹੋ ਗਏ ਬਹੁਤ ਹੋ ਗਏ ਹਾਂ ਜੀ ਇਹ ਦੇਖੋ ਜੀ ਏਡਾ ਬੜਾ ਦਿਖਾਤ ਹੋਇਆ ਤੇ ਫੇਰ ਦੇਖ ਲਓ ਬੰਦਾ ਸੋਚਦਾ ਕਿ ਇਹ ਤੋਂ ਕਿਸੇ ਨੇ ਸਾਬਕ ਸਿੱਖ ਲਿਆ ਤੇ ਫੇਰ 84 ਵਿੱਚ ਉਹੀ ਹੋ ਗਿਆ ਹਾਂਜੀ ਫੇਰ ਦਿੱਲੀ 'ਚ ਹੋ ਗਿਆ ਸਾਡੇ ਤੇ ਫੇਰ ਦੇਖ ਲਓ ਜੀ ਗੁਜਰਾਤ 'ਚ ਕਿੰਨੇ ਦੰਗੇ ਹੋਇਆ ਹਾਂਜੀ ਹਾਂ ਪੇਰਾ ਦੇਖ ਲਓ ਜੀ ਯੂਪੀ ਚ ਦੰਗੇ ਹੋਏ ਆ ਤੇ ਪਰ ਜਣ ਕੇ ਗੱਲ ਇਹ ਆ ਕਿ ਕਦੇ ਕਿਸੇ ਦਾ ਮਸਲਾ ਕਦੇ ਕਿਸੇ ਦਾ ਮਸਲਾ ਧਰਮ ਵੀ ਬਦਲੀ ਜਾਂਦੇ ਆ ਗੱਲਾਂ ਵੀ ਬਦਲੀ ਜਾਂਦੀਆਂ ਵਿਸ਼ੇ ਵੀ ਬਦਲੀ ਜਾਂਦੇ ਆ ਤੇ ਸਨ ਵੀ ਬਦਲੀ ਜਾਂਦੇ ਆ ਪਰ ਜਿਹੜੇ ਆਮ ਲੋਕ ਆ ਉਹਨਾਂ ਦੇ ਉੱਤੇ ਜਿਹੜਾ ਜ਼ੁਲਮ ਆ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਹੋ ਹੀ ਜਾਂਦਾ ਜਦੋਂ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਬਾਬਿਆਂ ਨਾਲ ਇਦਾਂ ਹੋਇਆ ਸੀ ਉਹਦੇ ਵਿੱਚੋਂ ਖੱਟਿਆ ਕਿਸੇ ਨੇ ਕੁਝ ਨਹੀਂ ਤਾਂ ਕਿਉਂ ਆਪਾਂ ਮੋੜ-ਮੋੜ ਕੇ ਉਹੀ ਕੰਮ ਕਰਦੇ ਆ ਦੇ ਆ ਦੇਖੋ ਇਹ ਨਾ ਦੁਨੀਆ ਦਾ ਇਤਿਹਾਸ ਆ ਜੀ ਹਾਂਜੀ ਇਹ ਜਦੋਂ ਹਿੱਤ ਟਕਰਾਉਂਦੇ ਆ ਨਾ ਜੀ ਜਦੋਂ ਹਿੱਤ ਟਕਰਾਉਂਦੇ ਆ ਉਹ ਬਹੁਤ ਵਾਰੀ ਹੁੰਦੇ ਤਾਂ ਉਹ ਆਰਥਿਕ ਆ ਹੂੰ ਉਹਨਾਂ ਨੂੰ ਫੇ ਮਸਲੇ ਬਣਾ ਲਿਆ ਜਾਂਦਾ ਹਾਂਜੀ ਕਿਤੇ ਜਾਤ ਦਾ ਮਸਲਾ ਬਣ ਜਾਂਦਾ ਕਿਤੇ ਧਰਮ ਦਾ ਬਣ ਜਾਂਦਾ ਹੂੰ ਜਿੱਤਾ ਰਾਜਨੀਤੀ ਰਾਜਨੀਤੀ ਆਪਣੀ ਖੇਡ ਖੇਡਦੀ ਆ ਹਾਂਜੀ ਉਹ ਉਹ ਕਿੰਨੇ ਕੁਸ਼ ਨੂੰ ਵਰਤ ਲੈਂਦੀ ਆ ਹੂੰ ਉਹਦੇ ਲਈ ਇਨਸਾਨ ਦੀ ਕੋਈ ਕੀਮਤ ਨਹੀਂ ਇਨਸਾਨ ਉਹਦੇ ਲਈ ਜੇ ਵੋਟ ਆ ਹਾਂਜੀ ਤੇ ਉਹਦਾ ਕੀ ਉਹ ਪਲਾ ਕਰਨਗੇ ਦੇਖੋ ਜੀ ਇਹਵੇਂ ਚੱਲਦਾ ਰਹੂਗਾ ਜਦ ਤੱਕ ਅਸੀਂ ਸੁਚੇਤ ਨਹੀਂ ਹੁੰਦੇ ਹਾਂ ਬੰਦੇ ਦੀ ਜਿਹੜੀ ਮੇਨ ਜਿਹਨੂੰ ਕਹਿ ਲੈਣੇ ਆਪਾਂ ਵੱਡੀ ਕਮਾਈ ਹੁੰਦੀ ਉਹਦਾ ਦ੍ਰਿਸ਼ਟੀਕੋਣ ਹੁੰਦਾ ਹਾਂਜੀ ਹਾਂ ਜੇ ਆਪਾਂ ਕਈੇ ਵੀ ਉਹਦੇ ਉਹ ਦੌਲਤ ਉਹਦਾ ਹੋਰ ਬਾਕੀ ਚੀਜ਼ਾਂ ਆ ਉਹ ਕਈਆਂ ਕੋਲ ਵੀ ਹੁੰਦੀਆਂ ਉਹ ਗਈ ਵਾਰੀ ਇੱਕ ਪਾਗਲ ਕੋ ਸੁਦਾਈ ਵੀ ਉਹ ਕੋਲ ਵੀ ਹੋ ਸਕਦੀ ਆ ਬੰਦੇ ਦਾ ਕਿ ਦ੍ਰਿਸ਼ਟੀਕੋਣ ਹੁੰਦਾ ਆ ਕੀ ਤੂੰ ਪਤਾ ਲੱਗਦਾ ਕਿ ਬੰਦਾ ਖੜਾ ਕਿੱਥੇ ਆ? ਹਾਂਜੀ। ਇਹ ਕਿਹੜੀ ਧਿਰ ਨਾਲ ਖੜਾ ਆ? ਹਾਂ। ਇਹ ਸੱਚ ਨਾਲ ਖੜਾ ਕਿ ਝੂਠ ਨਾਲ ਖੜਾ ਇਹ ਦੁਨੀਆ ਨੂੰ ਦੇਖਦਾ ਕਿਵੇਂ ਆ? ਹਿੰਦੂ ਸਿੱਖ ਮੁਸਲਮਾਨ ਅਸਾਈ ਦੇ ਵਿੱਚ ਵੰਡ ਕੇ ਵੇਖਦਾ ਜਾਂ ਇਹ ਚਾਹੁੰਦਾ ਕਿ ਮੈਂ ਆਪਣੀ ਜੱਫੀ ਦੇ ਵਿੱਚ ਸ पूरी ਲੋਕਾਈ ਨੂੰ ਲੈ ਲਵਾਂ। ਹਾਂ ਹਾਂ। ਸੋ ਮੈਨੂੰ ਆਦਾ ਮੁਹੱਬਤ ਵੱਡਾ ਸਰਮਾਇਆ ਆ ਬੰਦੇ। ਹਾਂ ਤੇ ਇੱਕ ਹੋਰ ਜੀ ਕੀ ਜਿਹੜੀ ਤੁਸੀਂ ਸਾਰੀ ਗੱਲ ਕੀਤੀ ਆ ਬਹੁਤ ਸੋਹਣੇ ਸ਼ਬਦਾਂ 'ਚ ਤੁਸੀਂ ਇਹਨੂੰ ਸਮਰਾਇਜ਼ ਕੀਤਾ ਤੇ ਪਰ ਜਿਹੜੀ ਇਹ ਸਾਰੀ ਕਮਾਈ ਆ ਜਿਹੜਾ ਇਹ ਸਾਰਾ ਦ੍ਰਿਸ਼ਟੀਕੋਣ ਆ ਇਹ ਪਰਖਿਆ ਔਖੇ ਵੇਲੇ ਜਾਂਦਾ ਚੰਗੇ ਸਮਿਆਂ ਦੇ ਵਿੱਚ ਸਾਰੇ ਮਹਾਨ ਹੁੰਦੇ ਆ ਹਾਂਜੀ ਪਰ ਇਹ ਦ੍ਰਿਸ਼ਟੀਕੋਣ ਬਣਦਾ ਚੰਗੇ ਸਮਿਆਂ 'ਚ ਹੀ ਹੁੰਦਾ ਜਿਵੇਂ ਆਪਾਂ ਇਹ ਕਹੀਏ ਵੀ ਅੱਗ ਲੱਗੀ ਤੇ ਖੂਨ ਹੀ ਪੁੱਟ ਹੁੰਦੇ ਨਹੀਂ ਹਾਂਜੀ ਮੈਂ ਕਈ ਵਾਰੀ ਆਮ ਦੇਖਿਆ ਵੀ ਜਿੱਦਾਂ ਸਾਡੇ ਬੱਚੇ ਆ ਡਰਗ ਕੋਈ ਵੀ ਜਮਲਾ ਕੋਈ ਕਿਸੇ ਦੇ ਵੀ ਬੱਚੇ ਆ ਤੇ ਇਹ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਸਕੂਲਾਂ ਦਾ ਵੀ ਫਰਜ਼ ਬਣਦਾ ਕਾਲਜਾਂ ਦਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਇੱਕ ਵਧੀਆ ਨਰੋਇਆ ਦ੍ਰਿਸ਼ਟੀਕੋਣ ਦੇਈਏ ਦ੍ਰਿਸ਼ਟੀਕੋਣ ਅਸੀਂ ਤਾਂ ਦੇਵਾਂਗੇ ਜੇ ਸਾਡੇ ਕੋਲ ਹੋਊਗਾ ਨਹੀਂ ਤਾਂ ਇਹ ਆਪਣੇ ਵਾਲੀ ਕਟੜਤਾ ਆਪਣੇ ਵਾਲਾ ਜਿਹੜਾ ਜੋ ਵੀ ਸਾਡੇ ਅੰਦਰ ਆ ਹੈ ਨਾ ਜੀ ਸੀਮਤ ਜੀ ਇੱਕ ਜਿਹੜੇ ਕਹਿ ਲੋ ਕਿ ਚੀਜ਼ ਆ ਅਸੀਂ ਉਹ ਹੀ ਉਹਨਾਂ ਨੂੰ ਪ੍ਰਦਾਨ ਕਰ ਦਿੰਨੇ ਆ ਸਾਡਾ ਫਰਜ਼ ਦੇਖੋ ਫਰਜ਼ ਇਹ ਬਣਦਾ ਕਿ ਅਸੀਂ ਉਹਨਾਂ ਨੂੰ ਇੱਕ ਬਿਹਤਰੀਨ ਇਨਸਾਨ ਬਣਾਈਏ ਉਹ 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 ਬਿਹਤਰੀਨ ਇਨਸਾਨ ਸਿੱਖ ਵੀ ਹੋ ਸਕਦਾ ਹਿੰਦੂ ਵੀ ਹੋ ਸਕਦਾ ਮੁਸਲਮਾਨ ਵੀ ਹੋ ਸਕਦਾ ਅਸਾਈ ਵੀ ਹੋ ਸਕਦਾ ਸੋ ਇਦਾਂ ਹੀ ਜਿੱਦਾਂ ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਹੀ ਇੱਥੇ ਗੱਲ ਕਰ ਲੈਣਾ ਕਿ ਮੈਂ ਆਪਣੇ ਬੱਚਿਆਂ ਨੂੰ ਨਾ ਕਿਉਂਕਿ ਅਸੀਂ ਖੇਤਾਂ ਦੇ ਵਿੱਚ ਸਾਡਾ ਘਰ ਆ ਤੇ ਅਸੀਂ ਪ੍ਰਕਿਰਤੀ ਦੇ ਵਿੱਚ ਹੀ ਰਹਿੰਦੇ ਆ ਮੈਂ ਕਈ ਵਾਰੀ ਕਹਿਣਾ ਆ ਵਾ ਦੇਖੋ ਕਿੰਨਾ ਸੁਣਾ ਜਿਹੜਾ ਆ ਫੁੱਲ ਫੁੱਲ ਖਿੜਿਆ ਆ ਉਹ ਦੇਖੋ ਬੱਦਲ ਕਿੱਡੇ ਪਿਆਰੇ ਆ ਫੇ ਹੌਲੀ ਹੌਲੀ ਮੈਂ ਉਹਨਾਂ ਨੂੰ ਬਾਹਰ ਕਿਸੇ ਦਾ ਵੀ ਘਰ ਆ ਕਿੰਨਾ ਸੁਣਾ ਘਰ ਆ ਕਿਸੇ ਦਾ ਹਨਾ ਜੀ ਤੇ ਆ ਕੜ ਕੇ ਦੇਖੋ ਕਿੰਨੀ ਵਧੀਆ ਮੇਰੇ ਬੱਚਿਆਂ ਨੇ ਮੈਨੂੰ ਕਦੀ ਇਹ ਸਵਾਲ ਨਹੀਂ ਪੁੱਛਿਆ ਵੀ ਜਿਹੜੀ ਕਣਕ ਦੀ ਤੁਸੀਂ ਤਾਰੀਫ ਕਰ ਰਹੇ ਆ ਇਹ ਸਾਡੇ ਖੇਤ ਚ ਆ ਕਿ ਗਵਾਂਡੀ ਦੇ ਹਾਂ ਮੈਂ ਉਹਨੂੰ ਬਿਊਟੀ ਉਹਨਾਂ ਨੂੰ ਬਿਊਟੀ ਨੂੰ ਐਪਰੀਸ਼ੀਏਟ ਕਰਨਾ ਸਿਖਾਇਆ ਹਾਂ ਠੀਕ ਆ ਜੀ ਮੈਂ ਉਹਨਾਂ ਨੂੰ ਪਰਫੁੱਲਤਾ ਨੂੰ ਜੀਆਂ ਆ ਕਹਿਣਾ ਸਿਖਾਇਆ ਮੈਂ ਮੈਂ ਇਹ 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 ਮੈਂ ਲਗਾਤਾਰ ਮਿਹਨਤ ਕੀਤੀ ਆ ਔਰ ਸचेਤ ਰੂਪ ਚ ਕੀਤੀ ਆ ਹਾਂ ਜੀ ਨਹੀਂ ਇਹ ਇਸ ਖਾਣੀਆਂ ਬਹੁਤ ਜ਼ਰੂਰੀ ਆ ਜੀ ਮੈਂ ਵੀ ਇਹੀ ਦੇਖਦਾ ਕਿ ਚਲੋ ਹਰ ਮਾਂ ਬਾਪ ਕੋਸ਼ਿਸ਼ ਕਰਦਾ ਸਾਡੇ ਮਾਂ ਬਾਪ ਨੇ ਵੀ ਕੋਸ਼ਿਸ਼ ਕੀਤੀ ਆ ਪਰ ਸਾਨੂੰ ਐਕਟਿਵ ਤੌਰ ਤੇ ਜ਼ਰੂਰ ਸੋਚਣਾ ਚਾਹੀਦਾ ਕਿ ਛੋਟੇ ਹੁੰਦੇ ਤੋਂ ਆਪਾਂ ਇਹ ਦੇਖੀਏ ਕਿਉਂਕਿ ਸਾਰੇ ਬੱਚੇ ਇਨੋਸੈਂਟ ਜੰਮਦੇ ਆ ਸਾਰੇ ਬੱਚੇ ਸਾਰੇ ਬੱਚੇ ਇਮਾਨਦਾਰ ਜੰਮਦੇ ਆ ਬਿਲਕੁਲ ਬਿਲਕੁਲ ਤੇ ਜਦੋਂ ਉਹ بڑے ਹੋ ਕੇ ਉਹ ਚਾਹੇ ਕੋਈ ਕੋਈ ਅਪਰਾਧ ਕਰੇ ਚਾਹੇ ਕੋਈ ਚੋਰ ਬਣੇ ਚਾਹੇ ਕੋਈ ਡਾਕੂ ਬਣੇ ਉਹ ਨੂੰ ਹਾਲਾਤ ਹੀ ਬਣਾ ਦਿੰਦੇ ਆ ਹਾਂਜੀ ਆਪਾਂ ਉਹ ਹਾਲਾਤ ਉਹਨਾਂ ਲਈ ਸਖਾਵੇਂ ਕਰਦੇ ਆ ਤੇ ਇੱਕ ਇੱਕ ਮੈਂ ਜੀ ਹੋਰ ਤੁਹਾਡੇ ਨਾਲ ਗੱਲ ਕਰਨੀ ਸੀ ਜਿਹੜੀਆਂ ਤੁਸੀਂ ਕਹਾਣੀਆਂ ਵੀ ਬਹੁਤ ਲਿਖੀਆਂ ਤੁਸੀਂ ਬੰਦੇ ਦੀ ਜਿਹੜੀ ਮਾਨਸਿਕਤਾ ਉਹਨੂੰ ਬੜਾ ਨੇੜਿਓਂ ਹੋ ਕੇ ਦੇਖਦੇ ਆ ਹੁਣ ਜਿਹੜਾ ਆਪਾਂ ਇਹ ਸਾਰੀ ਗੱਲ ਕੀਤੀ ਆ ਜੀ ਵੰਡ ਦੀ ਜੀ ਉਹਦੇ ਵਿੱਚ ਜੇ ਬੰਦਿਆਂ ਤੇ 100% ਜ਼ੁਲਮ ਹੋਇਆ ਜੀ ਜੀ ਤਾਂ ਇਹਦਾ ਮਤਲਬ ਕਿ ਔਰਤਾਂ ਤੇ ਫਿਰ 1000% ਹੋਇਆ ਜੀ ਹਾਂਜੀ ਬਿਲਕੁਲ ਦੁਨੀਆ ਦੀ ਹਰੇਕ ਲੜਾਈ ਹੂੰ ਜਿਹੜੀ ਅੱਜ ਤੱਕ ਹੋਈ ਆ ਉਹ ਬੰਦਿਆਂ ਦੀਆਂ ਕਰਤੂਤਾਂ ਕਰਕੇ ਜਾਂ ਬੰਦਿਆਂ ਦੇ ਹਿੱਤਾਂ ਕਰਕੇ ਹੋਈ ਆ ਹੂੰ ਪਰ ਹਰੇਕ ਲੜਾਈ ਦੇ ਵਿੱਚ ਸਭ ਤੋਂ ਵੱਧ ਸ਼ਿਕਾਰ ਔਰਤ ਹੀ ਬਣੀ ਆ ਹੂੰ ਔਰ 47 ਦੇ ਵਿੱਚ ਔਰਤਾਂ ਤੇ ਬਹੁਤ ਜ਼ੁਲਮ ਹੋਇਆ ਤੁਸੀਂ ਸੋਚ ਕੇ ਦੇਖੋ ਹਾਂਜੀ ਕਿ ਕਾਫਲੇ 'ਚ ਜਾ ਕਾਫਲੇ 'ਚ ਜਾ ਰਹੀ ਇੱਕ ਔਰਤ ਨੂੰ ਧਰੂ ਲਿਆ ਗਿਆ ਉਹਦੇ ਸਾਹਮਣੇ ਉਹਦੇ ਪਿਓ ਨੂੰ ਕਤਲ ਕਰ ਦਿੱਤਾ ਉਹਦੇ ਦੋ ਤਿੰਨ ਭਰਾਵਾਂ ਨੂੰ ਕਤਲ ਕਰ ਦਿੱਤਾ ਤੇ ਕਿਸੇ ਬੰਦੇ ਨੇ ਲਿਆ ਆ ਕੇ ਉਹਨੂੰ ਕਰ ਬਸਾ ਲਿਆ ਹੂੰ ਕਰ ਬਸਾ ਲਿਆ ਤੇ ਫਿਰ ਉਹਨਾਂ ਦੇ ਬੱਚੇ ਹੋ ਗਏ ਬੱਚਿਆਂ ਦੇ ਗਾਂ ਜਦੋਂ ਵਿਆਹ ਹੁੰਦੇ ਆ ਤੇ ਉਹ ਵਿਆਹ ਦੇ ਵਿੱਚ ਰੁੱਝੀ ਹੋਈ ਔਰਤ ਨੂੰ ਦੇਖ ਕੇ ਬੰਦਾ ਸੋਚਦਾ ਮੇਰੇ ਵਰਗਾ ਹੂੰ ਯਾਰੋ ਉਹ ਕਤਲ ਦੇ ਦ੍ਰਿਸ਼ ਉਹ ਧੂਕੇ ਲਿਆਉਣਾ ਉਹ ਸਾਰਾ ਕੁਝ ਕੀ ਮੰਨਫੀ ਹੋ ਗਿਆ ਇਹਦੇ ਅੰਦਰੋਂ ਹੂੰ ਉਹ ਕਿੱਥੇ ਗਿਆ ਸਾਰਾ ਕੁਝ ਇਹਨੇ ਕਿੱਥੇ ਦਿਵਾ ਲਿਆ ਹਾਂ ਦੇਖੋ ਔਰਤ ਔਰਤ ਨਾ ਕੋਈ ਕੁਦਰਤ ਕੁਦਰਤ ਬਲੋਂ ਹੀ ਬੁੜੀ ਮਹਾਨ ਰਚਨਾ ਆ ਹੂੰ ਮਤਲਬ ਸਿਰ ਝੁਕਦਾ ਜੀ ਕਿ 47 ਦੇ ਵਿੱਚ ਦੋਨੇ ਪਾਸੇ ਔਰਤਾਂ ਕਿੱਦਾਂ ਰਾਮਰਾਚ ਗਈਆਂ ਵਿਚਾਰੀਆਂ ਕਿੱਦਾਂ ਉਹਨਾਂ ਨੇ ਕਬੂਲ ਕਰ ਲਿਆ ਉਹ ਸਾਰੇ ਭਾਣੇ ਨੂੰ ਕਿੱਦਾਂ ਉਹਨੇ ਆਪਣੇ ਰਿਸ਼ਤੇਦਾਰ ਸਾਰੇ ਰਿਸ਼ਤੇ ਨਾਤੇ ਜਿਹੜੇ ਗਵਾਚੇ ਸੀਗੇ ਜਾਂ ਕਤਲ ਹੋ ਗਿਆ ਸੀ ਕਿਤੇ ਅੰਦਰ ਹੀ ਦਬਾ ਲੈ ਤੇ ਆਪਣੇ ਮਾਪਿਆਂ ਤੇ ਭਰਾਵਾਂ ਦੇ ਕਾਤਲ ਦੀਆਂ ਮਤਲਬ ਪਤਨੀਆਂ ਬਣ ਕੇ ਉਹ ਜੁੰਦੀਆਂ ਰਹੀਆਂ ਤੇ ਫਰਜ਼ ਨਿਭਾਉਂਦੀਆਂ ਰਹੀਆਂ ਸੋ ਔਰਤਾਂ ਕੋਈ ਸਿੱਧੀ ਔਰਤ ਮੈਨੂੰ ਇਸ ਤਰ੍ਹਾਂ ਨਹੀਂ ਮਿਲੀ ਲੇਕਿਨ ਮੇਰੇ ਕੋਲ ਔਰਤਾਂ ਦੀਆਂ ਕਹਾਣੀਆਂ ਹੈ ਮੈਂ ਕੋਸ਼ਿਸ਼ ਕੀਤੀ ਆ ਬਹੁਤ ਨੇੜੇ ਵੀ ਪਹੁੰਚ ਗਿਆ ਔਰਤਾਂ ਗੱਲ ਨਹੀਂ ਕਰਦੀਆਂ ਜੀ ਹਾਂਜੀ ਹਾਂ ਸਾਡੇ ਇਧਰਲੇ ਪਾਸੇ ਤੇ ਜਿਹੜੀਆਂ ਔਰਤਾਂ ਹੁਣ ਜਿਨ੍ਹਾਂ ਦੇ ਪੁੱਤ ਪੋਤਰੇ ਹੋ ਗਏ ਆ ਗਾਹਾਂ ਸਾਰਾ ਕੁਝ ਹੀ ਬਦਲ ਗਿਆ ਤੇ ਉਹ ਹੁਣ ਉਹ ਉਹ ਇਹੀ ਗੱਲ ਕਹਿਂਦੀਆਂ ਹੁਣ ਕਬਰਾਂ ਪੁੱਟਣ ਕਿਉਂ ਆ ਗਏ ਆ ਤੇ ਮੇਰੇ ਵਰਗਾ ਬੰਦਾ ਇਹ ਸੋਚਦਾ ਵੀ ਯਾਰ ਮੈਂ ਜੇ ਇਹਦਾ ਦਿਲ ਫਰੂਲ ਵੀ ਲਊਂਗਾ ਜੇ ਉਸ ਦੌਰਾਨ ਇਹਦੇ ਦਰਦ ਜਿਹੜੇ ਦੁਆਰਾ ਜਾਗਦੇ ਆ ਜਾਂ ਨੱਪੀਆਂ ਹੋਈਆਂ ਪੀੜਾਂ ਫਿਰ ਉੱਠਦੀਆਂ ਤੇ ਮੈਂ ਕੀ ਖੱਟ ਲਊਗਾ ਠੀਕ ਆ ਹਾਂ ਨਹੀਂ ਗੱਲ ਤੁਹਾਡੀ ਠੀਕ ਇੱਕ ਜੀ ਤੁਹਾਡੀ ਕਹਾਣੀ ਆ ਮਾਲਮ ਹਾਂਜੀ ਜੀ 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 ਹਾਂ ਤੇ ਉਹਦੇ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਆ ਉਹਦੇ ਵਿੱਚ ਜਿਹੜੀ ਜਗਿੰਦਰ ਕੌਰ ਔਰਤ ਆ ਉਹ ਅਸਲ ਵਿੱਚ ਉਹ ਵਸ ਰਹੀ ਆ ਇਦਾਂ ਇਨਸਾਨ ਦੇ ਘਰ ਜਿਹਨੇ ਉਹਨੂੰ ਚੁੱਕਿਆ ਹੁੰਦਾ ਤੇ ਇਸੇ ਕਰਕੇ ਮੈਂ ਇਹ ਸੋਚਦਾ ਕਿ ਬਿਲਕੁਲ ਇਹੀ ਗੱਲ ਜਿਹੜੀ ਤੁਸੀਂ ਕਹੀ ਆ ਕਿ ਜਦੋਂ ਕਦੇ ਕਿਸੇ ਵੀ ਸਮਾਜ ਦੇ ਉੱਤੇ ਉਤਿਆਚਾਰ ਹੁੰਦਾ ਉਹਦਾ ਜਿਹੜਾ ਬਹੁਤਾ ਦੁੱਖ ਆ ਉਹ ਔਰਤਾਂ ਜਾਤ ਨੂੰ ਝੱਲਣਾ ਪੈਂਦਾ ਜੀ ਸਾਡੇ ਹੁਸ਼ਿਆਰਪੁਰ ਦੇ ਵਿੱਚ ਇੱਕ ਔਰਤ ਦੀ ਪਿੱਛੇ ਜੇ ਇੰਟਰਵਿਊ ਆਈ ਸੀਗੀ ਤੇ ਮੈਂ ਉਹ ਇੰਟਰਵਿਊ ਸੁਣੀ ਤੇ ਮੈਂ ਮਿਲਣ ਜਾਣਾ ਮਿਲਣ ਜਾਣਾ ਆ ਤੇ ਉਹ ਵਿਚਾਰੀ ਨੂੰ ਐ ਹੀ ਚੁੱਕ ਲਿਆ ਗਿਆ ਸੀ ਇੱਕ ਪਿੰਡ ਤੋਂ ਹੂੰ ਤੇ ਉਹ ਮੇਰੇ ਦਿਮਾਗ ਦੇ ਵਿੱਚ ਗੱਲ ਇੱਕ ਹੋਰ ਆਈ ਮੈਂ ਨਾ ਇਹ ਸੋਚਿਆ ਵੀ ਉਸੇ ਪਿੰਡ ਦਾ ਜਿਨ੍ਹਾਂ ਨੇ ਹਮਲਾ ਕੀਤਾ ਸੀ ਉਹਦੇ ਪਿੰਡ ਤੇ ਉਹ ਦੋ ਬੰਦੇ ਜਿਉਂਦੇ ਆ ਮੈਂ ਇੰਟਰਵਿਊ ਕੀਤਾ ਉਹਨਾਂ ਚੋਂ ਇੱਕ ਨੂੰ ਅੱਛਾ ਜੀ ਉਹ ਮੈਂ ਸੋਚਦਾ ਸੀ ਵੀ ਕਿਤੇ ਵਕਤ ਲਾਇਆ ਕਿ ਨਾ ਮੈਂ ਚਾਹਣਾ ਇਹ ਆ ਵੀ ਜਿਹੜੇ ਬੰਦੇ ਉੱਥੇ ਗਏ ਸੀਗੇ ਹਮਲੇ ਦੇ ਵਿੱਚ ਹੂੰ ਉਹ ਬੰਦੇ ਨੂੰ ਕਿਸੇ ਦਿਨ ਮੈਂ ਗੱਡੀ 'ਚ ਬਿਠਾ ਲੇਕੀ ਤਾਂ ਉਸ ਔਰਤ ਦੇ ਘਰ ਲੈ ਜਾਵਾਂ ਹੂੰ ਮੈਂ ਮੈਂ ਚਾਹਾਂਗਾ ਇਹ ਕਿਉਂਕਿ ਮੇਰੀ ਇੰਟਰਵਿਊ ਵਿੱਚ ਉਸ ਬੰਦੇ ਨੇ ਮਾਫੀ ਮੰਗੀ ਸੀਗੀ ਹਮ ਕਿ ਜਿਹੜਾ ਹਮਲਾ ਹੋਇਆ ਸੀਗਾ ਬਗਹਾੜੀ ਪਿੰਡ ਤੇ ਮੈਂ ਵੀ ਸ਼ਾਮਲ ਸੀਗਾ ਉਹ ਇੱਕ ਹੂੜ ਮਤ ਸੀ ਸਾਡੀ ਅਸੀਂ ਐਵੇਂ ਪਿੱਛੇ ਲੱਗ ਗਏ ਤੇ ਆਪਾਂ ਸਦੀਆਂ ਦੀਆਂ ਸਾਂਝਾ ਕਤਲ ਕਰ ਦਿੱਤੀਆਂ ਮੈਂ ਨਾ ਮਾਫੀ ਚਾਹਣਾ ਤੇ ਸੋ ਇਸ ਤਰ੍ਹਾਂ ਇਸ ਤਰ੍ਹਾਂ ਮਤਲਬ ਮੇਰੇ ਮਨ ਦੇ ਵਿੱਚ ਇੱਕ ਭਾਵਨਾ ਹੈਗੀ ਆ ਸੋ ਔਰਤਾਂ ਹਾਂਜੀ ਔਰਤਾਂ ਇੱਕ ਇੱਥੇ ਸਾਡੇ ਹੋਰ ਇੱਕ ਪਿੰਡ ਆ ਉੱਥੇ ਇੱਕ ਔਰਤ ਸੀਗੀ ਮੈਂ ਉਹ ਇੱਕ ਮੇਰੇ ਨਾਲ ਇੱਕ ਟੀਚਰ ਸੀਗੇ ਮੈਡਮ ਪੜਾਉਂਦੇ ਮੈਂ ਉਹਨਾਂ ਨਾਲ ਗੱਲ ਕੀਤੀ ਉਹਨਾਂ ਦੀ ਗਵਰਡਨੈਂਟ ਸੀਗੀ ਉਹਨੇ ਗੱਲ ਕੀਤੀ ਕਿ ਤੁਹਾਡੇ ਨਾਲ ਕੋਈ ਗੱਲ ਕਰਨਾ ਚਾਹੁੰਦਾ ਉਹ ਕਹਿੰਦੀ ਨਹੀਂ ਹੁਣ ਰਹਿਣ ਦੋ ਲੇਕਿਨ ਉਹ ਆਪਣੇ ਜਦੋਂ ਸ਼ੁਰੂਆਤ ਦੇ ਵਿੱਚ ਗਈ ਸੀ ਤੇ ਉਹ ਗੱਲਾਂ ਸੁਣਾਉਂਦੀ ਸੀ ਵੀ ਕਿੱਦਾਂ ਮੈਂ ਇੱਕ ਬਹੁਤ ਤਕੜੇ ਪਰਿਵਾਰ ਚੋਂ ਆਈ ਇਹ ਕੇ ਵੀ ਹੋਇਆ ਨਾ ਜੀ ਬਹੁਤ ਤਕੜੇ ਤਕੜੇ ਪਰਿਵਾਰਾਂ ਦੀਆਂ ਜਿਹੜੀਆਂ ਪਰਦਿਆਂ 'ਚ ਰਹਿੰਦੀਆਂ ਸੀਗੀਆਂ ਉਹਨਾਂ ਨੂੰ ਕੋਈ ਥੂਕੇ ਲੈ ਗਿਆ ਕੋਈ ਬਡੇਰੀ ਉਮਰ ਦਾ ਹਾਂਜੀ ਤੇ ਉਹ ਕਿੱਦਾਂ ਜਾ ਕੇ ਉੱਥੇ ਉਹ ਅਡਜਸਟ ਹੋਈਆਂ ਤੇ ਕਿੱਦਾਂ ਉਹਨੇ ਦੱਸਦੀ ਹੁੰਦੀ ਸੀ ਕਿ ਮੈਂ ਕਿਹੜੇ ਕਿਹੜੇ ਦੁੱਖਾਂ ਚੋਂ ਲੰਘ ਕੇ ਆਈ ਹਾਂ ਪਰ ਉਸ ਵੇਲੇ ਜਦੋਂ ਮੈਂ ਉਹਨਾਂ ਨਾਲ رابطہ ਕੀਤਾ ਉਹਨਾਂ ਨੇ ਨਾ ਕਰ ਦਿੱਤੀ ਸੋ ਮੈਂ ਥੋੜਾ ਜਿਹਾ ਥੋੜਾ ਜਿਹਾ ਕਈ ਇਹਦੇ ਕਈ ਪੱਖ ਆ ਜੀ ਬੜਾ ਮੁਸ਼ਕਲ ਹੋ ਜਾਂਦਾ ਬੜਾ ਮੁਸ਼ਕਲ ਹੋ ਜਾਂਦਾ ਇਹਨਾਂ ਔਰਤਾਂ ਨਾਲ ਗੱਲ ਕਰਨੀ ਜੀ ਸਭ ਤੋਂ بڑا ਮੁਸ਼ਕਲ ਪੱਖ ਇਹ ਹੈ ਜੀ ਕਿ ਉਹ ਫੇਰ ਉਹੀ ਗੱਲ ਆ ਜਾਂਦੀ ਹੈ ਕਿ ਆਪਾਂ ਫੇਰ ਵੀ ਤੁਸੀਂ ਵੀ ਮਰਦੇ ਆ ਮੈਂ ਵੀ ਮਰਦੇ ਆ ਜੀ 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 ਸਾਂਡੇ ਤੇ ਦੁੱਖ ਤਾਂ ਪੈ ਸਕਦਾ ਪਰ ਅਸੀਂ ਉਸ ਦੁੱਖ ਦੀ ਦਾਸਤਾਂ ਸੁਣਾ ਸਕਦੇ ਆ ਪਰ ਜਿਹੜੀ ਔਰਤ ਆ ਉੱਤੇ ਜਦੋਂ ਦੁੱਖ ਪੈ ਜਾਂਦਾ ਉਹ ਜੋ ਦੁੱਖ ਦੀ ਦਾਸਤਾਂ ਵੀ ਸੁਣਾਉਂਦੀ ਆ ਤਾਂ ਵੀ ਉੱਤੇ ਹੀ ਦੋਸ਼ ਜਾਂਦਾ ਮੁੜ ਕੇ ਹਾਂ ਬਿਲਕੁਲ ਇੱਕ ਮੈਨੂੰ ਕਹਾਣੀ ਯਾਦ ਆ ਗਈ ਇੱਕ ਮੈਂ ਬਜ਼ੁਰਗ ਨੂੰ ਮਿਲਿਆ ਹਾਂਜੀ ਉਹਦੀ ਮਾਂ ਉੱਧਰ ਰਹਿ ਗਈ ਮਾਂ ਉੱਧਰ ਰਹਿ ਗਈ ਸੀਗੀ ਹਾਂਜੀ ਉਹ ਉਹਨੇ ਗੱਲ ਸੁਣਾਈ ਉਹ ਆਪਣੀ ਮਾਂ ਨੂੰ ਮਿਲਣ ਗਿਆ ਬੜੇ ਸਾਲਾਂ ਬਾਅਦ ਹੂੰ ਉਹਨੂੰ ਆਪਣੇ ਪਿੰਡ ਦੇ ਬੰਦੇ ਮਿਲੇ ਹੂੰ ਉਹਦੇ ਹਾਣੀ ਮਿਲੇ ਹਾਂਜੀ ਤੋਹਦੇ ਹਾਣੀ ਨੇ ਉਹਨੂੰ ਗੱਲ ਕਹੀ ਵੀ ਮੇਰੀ ਮਾਂ ਦਾ ਤੈਨੂੰ ਪਤਾ ਹੂੰ ਕਿਨ ਹਾਂ ਤੇਰੀ ਮਾਂ ਦਾ ਮੈਨੂੰ ਪਤਾ ਤੇਰੀ ਮਾਂ ਫਲਾਣੇ ਪਿੰਡ ਰਹਿ ਰਹੀ ਆ ਹਾਂਜੀ ਕਹਿੰਦਾ ਵੀ ਪਰ ਨਾ ਤੂੰ ਹੁਣ ਇੱਥੇ ਨਾ ਦੱਸੀ ਕਿਸੇ ਨੂੰ ਹੂੰ ਤੂੰ ਇਹੀ ਕਹਿਦੀ ਵੀ ਜਦੋਂ ਪਿੰਡ ਤੇ ਹਮਲਾ ਹੋਇਆ ਸੀ ਨਾ ਤੇ ਮੈਂ ਆਪ ਉਹਦੀ লাশ ਵੇਖੀ ਸੀ ਇਹਦੀ ਮਾਂ ਵੀ ਮਾਰੀ ਗਈ ਸੀ ਹਾਂ ਸੋ ਦੇਖੋ ਇਹ ਜਿਹੜੀਆਂ ਨਾ ਜਿਹੜੇ ਜਿਹੜੀਆਂ ਕਹਾਣੀਆਂ ਅਸੀਂ ਲਿਖਦੇ ਆ ਉਹ ਤਾਂ ਕੁਛ ਨਹੀਂ ਜਿਹੜੀਆਂ ਕਹਾਣੀਆਂ ਵਕਤ ਨੇ ਲਿਖੀਆਂ ਉਹ ਹਾਂਜੀ ਹਾਂਜੀ ਤੇ ਲਹੂ ਨਾਲ ਲਿਖੀਆਂ ਹਾਂਜੀ ਹਾਂਜੀ ਕਈ ਵਾਰੀ ਸੋਚਦੇ ਆ ਵੀ ਉਹ ਕਿਹੜੇ ਬਹਿ ਕੇ ਸੋਚੀਆਂ ਕਿਵੇਂ-ਕਿਵੇਂ ਵਾਪਰੀਆਂ ਹੈਰਾਨੀ ਹੁੰਦੀ ਆ ਵੀ ਮਨੁੱਖ ਐਡੇ ਵੱਡੇ ਦੁੱਖਾਂ ਦੇ ਵਿੱਚੋਂ ਨਿਕਲ ਕੇ ਵੀ ਯਾਰ ਜਿਉਂਦਾ ਆ ਔਰ ਉੱਭਰਿਆ ਆ ਹਾਂ ਹੈਰਾਨੀ ਹੁੰਦੀ ਆ ਜੀ ਹੂੰ ਇਹ ਜ਼ਿੰਦਗੀ ਦਾ ਜੀ ਕੋਈ ਨਾ ਕੋਈ ਤਾਂ ਰਾਹ ਲੱਭ ਹੀ ਲੈਂਦੀ ਆ ਉਹ ਤਾਂ ਹੈ ਪਰ ਮਸਲਾ ਇਹ ਹੁੰਦਾ ਕਿ ਜਿਸ ਵੇਲੇ ਸਾਡੇ ਉੱਤੇ ਅਤਿਆਚਾਰ ਹੋ ਰਿਹਾ ਉਹ ਜਿਹੜਾ ਵਕਤ ਆ ਉਸ ਵੇਲੇ ਜਿਹੜੀ ਸਕਿੰਟ ਵੀ ਉਹ ਇੰਨਾ ਫੈਲ ਕੇ ਵੱਡੇ ਹੋ ਜਾਂਦੇ ਆ ਜੀ ਤੇ ਉਹ ਸਾਨੂੰ ਤਾਂ ਇਹ ਲੱਗਦਾ ਕਿ ਉਹ ਸਮਾਂ ਲੰਘ ਗਿਆ ਪਰ ਜਿਨ੍ਹਾਂ ਉੱਤੇ ਉਹ ਭਾਰੀ ਪਈ ਆ ਉਹਨਾਂ ਲਈ ਤਾਂ ਉਹ ਭਾਰੀ ਜਾਨਕਿ ਸਦੀਆਂ ਤੋਂ ਵੀ ਲੰਬੀ ਸੀ ਜੀ ਬਿਲਕੁਲ ਸਰਤਾਜ ਜੀ ਮੈਂ ਗਿਆ ਸੀਗਾ ਪਿਛਲੇ ਮਾਰਚ ਦੇ ਵਿੱਚ ਪਾਕਿਸਤਾਨ ਲਾਹੌਰ ਦਾ ਵੀਜ਼ਾ ਸੀਗਾ ਹਾਂਜੀ 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 ਉਹ ਵੀ ਯਾਤਰਾ ਸੀ ਲੋ ਕਾਨਫਰੈਂਸ ਸੀ ਕਾਨਫਰੈਂਸ ਲਈ ਮੈਂ ਗਿਆ ਸੀਗਾ ਹਾਂਜੀ ਤੇ ਪਹਿਲੀ ਗੱਲ ਤੋਂ ਮੈਂ ਉਹ ਧੰਨਵਾਦ ਕਰਨਾ ਚਾਹੁੰਦਾ ਉਹਨਾਂ ਸਾਰੇ ਦੋਸਤਾਂ ਦਾ ਵੀ ਬੜਾ ਹੀ ਸਤਿਕਾਰ ਦਿੱਤਾ ਮੈਂ ਦੱਸ ਕੇ ਨਹੀਂ ਸੀ ਗਿਆ ਹਾਂਜੀ ਤੇ ਉਹ ਸੋਟਲ ਦਾ ਕਮਰਾ ਜਿਹੜਾ ਸੀਗਾ ਉਹ ਫੁੱਲਾਂ ਨਾਲ ਗੁਲਦਸਿਆਂ ਨਾਲ ਭਰ ਗਿਆ ਹਾਂਜੀ ਵਾਹ ਵਾਹਿਗੁਰੂ ਤੇ ਲੋਕੀ ਆਏ ਮੇਲਣ ਤੇ ਬਹੁਤ ਪਿਆਰ ਦਿੱਤਾ ਮਤਲਬ ਇੰਨਾ ਕਿ ਸਤਕਾਰ ਕਿ ਮੈਂ ਸਾਰੀ ਜ਼ਿੰਦਗੀ ਲਈ ਖਜ਼ਾਨਾ ਮਿਲ ਗਿਆ ਹੂੰ ਤੇ ਉਹਨਾਂ ਪਲਾਂ ਦੇ ਵਿੱਚ ਮੈਂ ਇਹ ਸੋਚਦਾ ਸੀਗਾ ਕਿ ਜਦੋਂ ਕਿਤੇ ਇਹ ਲੋਕ ਆਉਣਗੇ ਚੜ੍ਹਦੇ ਪੰਜਾਬ ਅਸੀਂ ਇਹਦਾ 10ਵਾਂ ਹਿੱਸਾ ਵੀ ਕਰ ਸਕਾਂਗੇ ਕਿ ਨਹੀਂ ਹੂੰ ਲਾਹੌਰ ਕਮਾਇਆ ਮੈਨੂੰ ਤੇ ਬੜੀਆਂ ਥਾਵਾਂ ਵੇਖੀਆਂ ਤੇ ਮੈਂ ਇੱਕ ਜੀ ਜਿਹੜੀ ਉੱਥੇ ਵੀ ਤੁਰਦੇ ਫਿਰਦੇ ਮਹਿਸੂਸ ਕੀਤੀ ਜੀ ਕਿ ਜੇ ਕੋਈ 20 22 ਸਾਲ ਦਾ ਵੀ ਨੌਜਵਾਨ ਮਿਲ ਰਿਹਾ ਹਾਂਜੀ ਉਹ ਆਪਣੇ ਦਾਦੇ ਪੜਦਾਦੇ ਦੇ ਪਿੰਡ ਨੂੰ ਤੜਫਰਿਆ ਕਹਿੰਦਾ ਜੀ ਤੁਸੀਂ ਸਾਡਾ ਪਿੰਡ ਵਖਾ ਦਿਓ ਜਾ ਕੇ ਹਾਂਜੀ ਮੈਂ ਬੜਾ ਹੈਰਾਨ ਹੋਇਆ ਉਹ ਕਹਿੰਦੇ ਜੀ ਸਾਨੂੰ ਤੁਹਾਡੇ ਰੁਪਏ ਦੀ ਲੋੜ ਨਹੀਂ ਗਈ ਜੀ ਤੁਸੀਂ ਬਸ ਆ ਗਏ ਆ ਇੰਨੇ ਹੀ ਬਹੁਤ ਆ ਤੇ ਇੱਕ ਮੈਂ ਗੱਲ ਹੋਰ ਕਹੂੰਗਾ ਵੀ ਪੱਗ ਦੀ ਇੱਜ਼ਤ ਪਾਕਿਸਤਾਨ ਤੋਂ ਬਾਅਦ ਸ਼ਾਇਦ ਹੀ ਕਿਤੇ ਹੋਵੇ ਸ਼ਕਾਸ਼ਟ ਤੋਂ ਲਾਹੌਰ 'ਚ ਅਸੀਂ ਇੱਕ ਵਾਰ ਨਾ ਇੱਥੇ ਕੋਈ ਇੰਟਰਵਿਊ ਕਰਨ ਲੱਪਿਆ ਮੈਂ ਸੀਗਾ ਮੇਰੇ ਨਾਲ ਮੇਰੇ ਦੋ ਦੋਸਤ ਹੋਰ ਸੀਗੇ ਦੋਨਾਂ ਨੇ ਪੱਗਾਂ ਬੰਨੀਆਂ ਸੀਗੀਆਂ ਹਾਂਜੀ ਉਹ ਇੱਕ ਪੱਗ ਵਾਲੇ ਸਾਡੇ ਦੋਸਤ ਕੋਲ ਗਿਆ ਗੱਲਾਂ ਬਾਤਾਂ ਕੀਤੀਆਂ ਉਹ ਚੈਨਲ ਵਾਲਾ ਬੰਦਾ ਫਿਰ ਦੂਜੇ ਕੋਲ ਗਿਆ ਮੈਂ ਤੇ ਹਾਲੇ ਸੋਚਦਾ ਹੀ ਸੀ ਮੇਰੇ ਖਿਆਲਾਂ 'ਚ ਗੱਲਾਂ ਹੀ ਸੀਗੀਆਂ ਕਿ ਮੈਂ ਥਾਂ ਸਿਰ ਕਰਕੇ ਵੀ ਕਿਹੜਾ ਸਨੇਹਾ ਦੇਣਾ ਪਰ ਉਹਨੇ ਮਾਈਕ ਮੇਰੇ ਮੋਰੇ ਕੀਤਾ ਹੀ ਨਹੀਂ ਉਹ ਮੈਂ ਮਜ਼ਾਕ 'ਚ ਇੱਕ ਗੱਲ ਕਹੀ ਉੱਥੇ ਕਾਨਫਰੈਂਸ ਦੇ ਵਿੱਚ ਵੀ ਮੈਂ ਕਹਾਂ ਜੇ ਪਾਕਿਸਤਾਨ ਖਾਸ ਤੌਰ ਤੇ ਲਾਹੌਰ ਆਉਣਾ ਹੋਵੇ ਤੇ ਜਾ ਦੇ ਪੱਗ ਬੰਨ ਕੇ ਆਓ ਜਾਂ ਪੱਗ ਵਾਲਾ ਬੰਦਾ ਨਾਲ ਲੈ ਕੇ ਆਓ ਇਹ ਤਾਂ ਨੁੱਪ ਤੇ ਤਾਂ ਨੁੱ ਪੁੱਛਣਾ ਕਿਸੇ ਨੇ ਨਹੀਂ ਅੱਛਾ ਅਗਲੀ ਗੱਲ ਜਿਹੜੀ ਮੈਂ ਹੁਣ ਪੰਜਾਬੀ ਦੇ ਫਿਕਰ ਵਾਲੀ ਗੱਲ ਕਰਦਾ ਹਾਂ ਹਾਂਜੀ ਤੇ ਆਮ ਲੋਕ ਉੱਥੇ ਵੀ ਪੰਜਾਬੀ ਬੋਲਦੇ ਆ ਪਰ ਇੱਕ ਨਾ ਇਹ ਜਿਨ੍ਹਾਂ ਕੋਲ ਚਾਰ ਛਿਲੜ ਆ ਜਾਂਦੇ ਆ ਹਾਂ ਇਹਨਾਂ ਨੂੰ ਪਤਾ ਨਹੀਂ ਨੇ ਤੇ ਦਵਾਚ ਕਿਹੜੀ ਗੱਲ ਆ ਜਾਂਦੀ ਹੈ ਵੀ ਜੇ ਅਸੀਂ ਪੰਜਾਬੀ ਬੋਲਾਂਗੇ ਤੇ ਅਸੀਂ ਥੋੜੇ ਜਿਹਾ ਹੁਣੇ ਰਹਿ ਜਾਾਂਗੇ ਜਾਂ ਅਸੀਂ ਥੋੜੇ ਜਿਹਾ ਬੈਕਵਰਡ ਜੇ ਦੱਸਾਂਗੇ ਹਮ ਇੱਕ ਨਾ ਮਾਣ ਨਹੀਂ ਹੁੰਦਾ ਮਾਣ ਐਡਾ ਵੱਡਾ ਵਿਰਸਾ ਆ ਐਡੇ ਵੱਡੇ ਸਾਡੇ ਕੋਲ ਕਵੀ ਆ ਸਾਡੇ ਕੋਲ ਐਡਾ ਵੱਡਾ ਖਜ਼ਾਨਾ ਆ ਸਾਡੇ ਕੋਲ ਇਸ ਖਜ਼ਾਨੇ ਤੇ ਮਾਣ ਕਰਨ ਲਈ ਇੱਕ ਸਾਡਾ ਦਿਲ ਨਹੀਂ ਹੈਗਾ ਹੂੰ ਬੰਦੇ ਗੱਲ ਕਰਦੇ ਆ ਗੱਲ ਕਰਦੇ ਕਰਦੇ ਇੱਧਰ ਹਿੰਦੀ ਚ ਕਰਨ ਲੱਪੈਂਦੇ ਆ ਜਾਂ ਗਰੀਸੀ ਚ ਕਰਨ ਲੱਪੈਂਦੇ ਆ ਉੱਧਰ ਉਰਦੂ ਚ ਕਰਨ ਲੱਪੈਂਦੇ ਆ ਪੰਜਾਬੀ ਦੇ ਵਿੱਚ ਡੂੰਘੇ ਵਿਚਾਰ ਦੇਣ ਦੇ ਆਪਾਂ ਜੇ ਯੋਗ ਹੋਵਾਂਗੇ ਤਾਇ ਭਾਸ਼ਾ ਬਚਣੀ ਆ ਪਰ ਜਾਣ ਕੇ ਨਾਲ ਹੀ ਸਾਨੂੰ ਇਹ ਵੀ ਗੱਲ ਆ ਜੇ ਮੈਂ ਤਾਂ ਗੱਲ ਕਰਦਾ ਕਰਦਾ ਕੋਈ ਗੱਲ ਕਹਿ ਦਮਾ ਕਿ ਦੇਖੋ ਜੀ ਲੈਂਗੁਏਜ ਦੀ ਤਾਂ ਉਹ ਗੱਲ ਹੁੰਦੀ ਆ ਇਦਾਂ ਨਹੀਂ ਹੁੰਦਾ ਕਿ ਉਸ ਬੰਦੇ ਤੇ ਉਂਗਲੀ ਕਰਨ ਲੱਪੋ ਤੂੰ ਕਿਦਾਂ ਅੰਗਰੇਜ਼ੀ ਦਾ ਸ਼ਬਦ ਬੋਲ ਦਿੱਤਾ ਉਹ ਕੋਈ ਨਹੀਂ ਹੁੰਦਾ ਇਹ ਨਹੀਂ ਗੱਲ ਹੈ ਬੰਦੇ ਦੀ ਬੰਦੇ ਦੀ ਰੂਹ ਪੰਜਾਬੀ ਚਾਹੀਦੀ ਆ ਹਾਂਜੀ ਉਨੇ ਉਨੇ ਐ ਤੇ ਪੰਜਾਬੀ ਦਾ ਹਾਜ਼ਮਾ ਬਹੁਤ ਵਧੀਆ ਜੀ ਹਾਂਜੀ ਕਿੰਨੀਆਂ ਕੌਮਾਂ ਕਿੰਨੀਆਂ ਨਸਲਾਂ ਆਈਆਂ ਉਹਨਾਂ ਦੇ ਸ਼ਬਦ ਸਾਡੀ ਭਾਸ਼ਾ ਚੋਂ ਲੱਭਦੇ ਆ ਐ ਦੇ ਪੰਜਾਬ ਜਿੱਦਾਂ ਦੀ ਪੰਜਾਬ ਦੀ ਧਰਤੀ ਆ ਜੀ ਰੰਗਲੀ ਉਦਾਂ ਦੀ ਪੰਜਾਬ ਦੀ ਭਾਸ਼ਾ ਆ ਜਿੱਦਾਂ ਦੇ ਇਹਦੇ ਬੰਦੇ ਆ ਜਫੀ ਪੌਣ ਵਾਲੇ ਆ ਜੀ ਆਇਆਂ ਨੂੰ ਕਹਿਣ ਵਾਲੇ ਆ ਪਰ ਐ ਨਾ ਨ ਹੋਵੇ ਵੀ ਉਹ ਕਹਿੰਦੇ ਅਗਲੈਂਡ ਆਈ ਘਰ ਦੀ ਮਾਲਕਣ ਬਣ ਗਈ ਇਹਦੇ ਲਈ ਤਾਂ ਸੁਚੇਤ ਰਹਿਣਾ ਪੈਂਦਾ ਨਾ ਜੀ ਬਿਲਕੁਲ 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 ਜੀ ਮਹਾਰਾਜ ਬਹੁਤ ਬਹੁਤ ਧੰਨਵਾਦ ਆਪਾਂ ਫੇਰ ਕਿਸੇ ਦਿਨ ਗੱਲਾਂ ਬਾਤਾਂ ਕਰਾਂਗੇ ਮੈਂ ਕਈ ਕੁਝ ਸੋਚਦਾ ਸੀ ਵੀ ਤੁਹਾਡੇ ਬਾਰੇ ਪਰਸਨਲ ਗੱਲਾਂ ਵੀ ਕਰਨੀਆਂ ਚਾਹੁੰਦੇ ਸੀਗੇ ਜੀ ਜੀ ਕਿਉਂਕਿ ਤੁਸੀਂ ਸਾਡੇ ਇਲਾਕੇ ਦੇ ਸਭ ਤੋਂ ਵਧੀਆ ਕਾਲਜ گورਨਮੈਂਟ ਕਾਲਜ ਹਿਆਰਪੁਰ ਵਿੱਚ ਪੜ੍ਹਾਉਂਦੇ ਆ ਜੀ ਜੀ ਤੇ ਸਾਡੇ ਇਲਾਕੇ ਦਾ ਤੁਸੀਂ ਮਾਣ ਆ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਮਿਹਰਬਾਨੀ ਜਦੋਂ ਵੀ ਗੱਲ ਹੁੰਦੀ ਆ ਤੇ ਪਰ ਉਹ ਸਾਰੀਆਂ ਗੱਲਾਂ ਸਾਡੀਆਂ ਰਹਿ ਗਈਆਂ ਜੀ ਉਹ ਕੋਈ ਨਹੀਂ ਹੁਣ ਫੇਰ ਚਲੋ ਇੱਕ ਮੁਲਾਕਾਤ ਹੋਰ ਹੋਊਗੀ ਜੀ ਮਿਹਰਬਾਨੀ ਹਾਂਜੀ ਹਾਂਜੀ ਸ਼ੁਕਰੀਆ ਜੀ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਜੀ ਸਸਿਕਾ ਜੀ ਸ਼ੁਕਰੀਆ ਪੰਜਾਬੀ ਪੌਡਕਾਸਟ ਨੂੰ ਸੁਣਨ ਲਈ ਬਹੁਤ-ਬਹੁਤ ਧੰਨਵਾਦ ਅਸੀਂ ਹਰ ਹਫਤੇ ਸ਼ੁੱਕਰਵਾਰ ਨੂੰ ਇੱਕ ਨਵਾਂ ਐਪੀਸੋਡ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਨੇ ਆ ਜੇ ਤੁਹਾਨੂੰ ਪੰਜਾਬੀ ਪੌਡਕਾਸਟ ਦੇ ਐਪੀਸੋਡ ਵਧੀਆ ਲੱਗਦੇ ਨੇ ਤਾਂ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਇਹਨੂੰ ਕਿਸੇ ਨਾ ਕਿਸੇ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਅਗਲੇ ਹਫਤੇ ਇੱਕ ਨਵਾਂ ਐਪੀਸੋਡ ਲੈ ਕੇ ਫਿਰ ਤੁਹਾਡੇ ਸਾਹਮਣੇ ਪੇਸ਼ ਹੋਵਾਂਗੇ ਤਦ ਤੱਕ ਲਈ ਮੈਨੂੰ ਆਗਿਆ ਦਿਓ ਸੰਤਾਰ ਵੱਲੋਂ ਸਭ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ